ਫਿਲਮ ਦੇ ਸੰਦਰਭ ਦੇ ਵਿੱਚ ਆਪਣੀ ਗੱਲ ਚੱਲ ਰਹੀ ਸੀ ਕੱਲ ਸ਼ਮਸ਼ੇਰ ਸਿੰਘ ਬੈਠੇ ਜਿਹੜੀ ਸਾਡੀ ਗੱਲਬਾਤ ਹੋਈ ਫਿਲਮ ਦੇ ਬਾਰੇ, ਤੁਸੀਂ ਕੀ ਸਮਝਦੇ ਹੋ ਕਿ ਕਿਹੜੇ ਪੱਖ ਫਿਲਮਾਂ ਦੇ ਵਿੱਚ ਦਿਖਾਏ ਜਾਂਦੇ ਆ ਜਾਂ ਫਿਲਮਾਂ ਹੁੰਦੀਆਂ ਕੀ ਹੈ, ਉਹ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕਰਦੀਆਂ ਸਮਾਜ ਨੂੰ? ਫਿਲਮਾਂ ਜਿੰਨਾ ਵੀ ਥੀਏਟਰ ਦਾ ਪੱਖ ਹੈ, ਖਾਸ ਕਰ ਜਿੰਨਾ ਮੇਰੇ ਸਮਝਣ ਵਿੱਚ ਆਇਆ, ਖਾਸ ਕਰ ਮਤਲਬ ਜਿਹੜਾ ਪਿਛੋਕੜ ਹੈ, ਬੇਸ ਜਿਹੜਾ ਉਹ ਹੈਗਾ ਆਰਟ ਫਿਲਮ ਦਾ, ਥੀਏਟਰ ਤੋਂ ਆਰਟ ਤੱਕ ਦਾ ਸਫ਼ਰ ਜਿਹੜਾ ਅੱਜ ਸਮੱਸਿਆ ਦੇ ਰਿਹਾ ਉਹ ਹੈਗਾ ਕਮਰਸ਼ੀਅਲ ਪੱਖ। ਕਮਰਸ਼ੀਅਲ ਮੂਵੀ ਜਦੋਂ ਸ਼ੁਰੂ ਹੋਈਆਂ ਉਹ ਪ੍ਰੋਪੇਗੰਡਾ ਦਾ ਦੂਜਾ ਨਾਮ ਕਮਰਸ਼ੀਅਲ, ਕਿਉਂਕਿ ਜੋ ਬਾਜ਼ਾਰ ਵਿੱਚ ਵੇਚਣਾ, ਜੋ ਬਾਜ਼ਾਰ ਵਿੱਚ ਵੇਚਿਆ ਜਾਣਾ, ਉਹਨੇ ਇਹ ਨਹੀਂ ਵੇਖਣਾ ਕਿ ਸਿਧਾਂਤ ਕੀ ਹੈ, ਉਹਨੇ ਇਹ ਨਹੀਂ ਵੇਖਣਾ ਦਰਸ਼ਨ ਕੀ ਹੈ, ਉਹਨੇ ਇਹ ਨਹੀਂ ਦੇਖਣਾ ਕਿ ਸਮਾਜ ਦੀ ਧਾਰਾ ਕੀ ਹੈ। ਕਮਰਸ਼ੀਅਲ ਫਿਲਮਾਂ ਵਿੱਚ ਇੱਕ ਤਾਂ ਚੰਗਾ ਪੱਖ ਜਿਹੜਾ ਹੈ ਉਹ ਇਹ ਹੈ ਕਿ ਜਿੰਨਾ ਸਮਾਜ ਨਿਗਰਿਆ ਜਿਹੋ ਜਿਹਾ ਹੈ ਉਹ ਦਿਖਾ ਦਿੰਦਾ, ਭਾਵੇਂ ਸਾਡੀ ਉਹਦੇ ਨਾਲ ਸਹਿਮਤੀ ਹੋਵੇ ਜਾਂ ਨਾ, ਪਰ ਉਹਦੇ 'ਤੇ ਜਿਹੜੀ ਲਾਗ ਲਪੇਟ ਮਸਾਲੇ ਦੀ ਲੱਗਣੀ ਹੈ ਉਹਦੇ ਵਿੱਚ ਤੁਸੀਂ ਜੇ ਇਹ ਦ੍ਰਿਸ਼ਟੀ ਰੱਖੋਗੇ ਕਿ ਉਹ ਸਾਨੂੰ ਕੀ ਸੇਧ ਦੇ ਰਹੇ ਆ, ਚੰਗੀ ਜਾਂ ਮਾੜੀ, ਉਹ ਸੇਧ ਤਾਂ ਨਹੀਂ ਦੇ ਸਕਦੇ ਜਾਂ ਇੱਦਾਂ ਸਾਨੂੰ ਦੇਖਣਾ ਨਹੀਂ ਚਾਹੀਦਾ ਕਿ ਉਹ ਸੇਧ ਕੀ ਦੇ ਰਹੇ। ਹਾਂ, ਅਸੀਂ ਜੇ ਸਮੇਂ ਦੀ ਪੈੜ ਪਛਾਣਨੀ ਹੈ ਤਾਂ ਉਹਨਾਂ ਦਾ ਰੁੱਖ ਦੇਖ ਸਕਦੇ ਹਾਂ ਉਹ ਕਿੱਧਰ ਨੂੰ ਤੋਰਨਾ ਚਾਹ ਰਹੇ ਆ। ਹੁਣ ਜਿਹੜੇ ਕਮਰਸ਼ੀਅਲ ਲੋਕ ਆ ਉਹ ਚੀਜ਼ ਉਹੀ ਪ੍ਰੋਡਿਊਸ ਕਰਦੇ ਆ ਜਿਹੜੀ ਲੋਕਾਂ ਦੀ ਡਿਮਾਂਡ ਹੁੰਦੀ ਆ। ਡਿਮਾਂਡ, ਮੈਂ ਡਿਮਾਂਡ ਨੂੰ ਐਵੇਂ ਨਹੀਂ ਮੰਨਦਾ। ਜੇ ਡਿਮਾਂਡ ਹੋਵੇ, ਡਿਮਾਂਡ ਤਾਂ ਸਾਡੇ ਲੋਕ ਸ਼ਾਂਤੀ ਕਰਦੇ, ਆਮ ਗੱਲਬਾਤ ਕਿਸੇ ਨੂੰ ਪੁੱਛ ਲਓ, ਕੋਈ ਲੋਕ ਇੱਦਾਂ ਨਹੀਂ ਕਹਿਣਗੇ ਕਿ ਹਾਂ ਸਮਾਜ ਵਿੱਚ ਅਸ਼ਾਂਤੀ ਚਾਹੀਦੀ ਹੈ, ਕੋਈ ਇੱਦਾਂ ਨਹੀਂ ਕਹਿੰਦਾ ਕਿ ਮਾਰ ਧਾੜ ਚਾਹੀਦੀ ਹੈ। ਮਾਰ ਧਾੜ ਵੀ ਜਿਹੜੀ ਪਿਛਲੇ 20 ਸਾਲਾਂ ਵਿੱਚ ਆਈ ਹੈ ਉਸ ਤੋਂ ਪਹਿਲਾਂ ਐਵੇਂ ਨਹੀਂ ਸੀ। ਗ੍ਰਾਫਿਕਸ ਜਦੋਂ ਆਏ ਆ, ਗ੍ਰਾਫਿਕਸ ਨੇ ਜਿਵੇਂ ਲੋਕਾਂ ਨੂੰ ਅਟਰੈਕਟ ਕੀਤਾ ਉਹ ਪਹਿਲਾਂ ਨਹੀਂ ਸੀ। ਹੁਣ ਉਸ ਗ੍ਰਾਫਿਕਸ ਨੂੰ ਅਟਰੈਕਟ ਕਰਨ ਦੇ ਵਿੱਚ ਬਹੁਤਾ ਰੋਲ ਕਾਰਟੂਨਸ ਦਾ ਵੀ ਰਿਹਾ ਜੀ, ਵੀਡੀਓ ਗੇਮਸ ਦਾ ਵੀ ਰਿਹਾ, ਠੀਕ ਹੈ। ਕੁਝ ਕੁ ਗੱਲਾਂ ਇਹੋ ਜਿਹੀਆਂ ਵੀ ਨੇ ਜਿਹੜੀਆਂ ਪੋਲੀਟਿਕਸ ਨਾਲ ਰਿਲੇਟਿੰਗ ਨੇ, ਜਿਹੜੀਆਂ ਸਾਡੇ ਕੋਲ, ਜਿੱਦਾਂ ਹੁਣ ਸਾਡੀ ਸਿੱਖਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਇੱਕ ਜੈਨੋਸਾਈਡਲ, ਰੀਸੈਂਟ ਜੈਨੋਸਾਈਡਲ ਐਕਸਪੀਰੀਅੰਸ ਹੈਗਾ। ਬਿਲਕੁਲ, ਜਿਹੜਾ ਪੁਰਾਣਾ ਜੈਨੋਸਾਈਡਲ ਐਕਸਪੀਰੀਅੰਸ ਹੈ ਉਹਦੀ ਖੂਬਸੂਰਤੀ ਇੰਨੀ ਮਤਲਬ ਗੌਰ ਕਰਨ ਵਾਲੀ ਹੈ ਕਿ ਅਸੀਂ ਉਸ ਘੱਲੂਘਾਰੇ ਤੋਂ ਬਾਅਦ ਜੰਗ ਲਈ ਤਿਆਰ ਹਾਂ। ਇਹ ਇੱਕ ਇਹੋ ਜਿਹਾ ਘੱਲੂਘਾਰਾ 84 ਵਾਲਾ ਜਿਹੜਾ ਅਸੀਂ ਹਜੇ ਤੱਕ ਤਿਆਰ ਨਹੀਂ ਹਾਂ। ਸਾਡੀ ਅੱਧੀ ਬੌਧਿਕਤਾ, ਜਿੰਨੀ ਵੀ ਬੌਧਿਕ ਸ਼੍ਰੇਣੀ ਹੈ, ਉਹ ਇਸ ਗੱਲ 'ਤੇ ਹੀ ਆਪਸ 'ਚ ਲੜ ਲੜ ਕੇ ਪਾਗਲ ਹੋ ਰਹੀ ਹੈ ਕਿ ਅਸੀਂ ਉਹਨੂੰ ਘੱਲੂਘਾਰਾ ਜਾਂ ਦੁਖਾਂਤ ਜਾਂ ਜੈਨੋਸਾਈਡ ਸਾਬਤ ਹੀ ਕਰ ਸਕੀਏ। ਕਹਿ ਸਕਦੇ ਹਾਂ ਵੀ ਆਪਾਂ ਜ਼ਖਮ ਨੂੰ ਸੂਰਜ ਨਹੀਂ ਬਣ ਦਿੱਤਾ। ਨਹੀਂ, ਜਿਵੇਂ ਘੱਲੂਘਾਰਾ ਹੁੰਦਾ, ਹਾਂਜੀ, ਉਹਦੇ ਵਿੱਚ ਸਰਦਾਰ ਸੁੱਖਾ ਸਿੰਘ ਦੇ ਫੱਟ ਲੱਗਦੇ ਆ ਸਰੀਰ 'ਤੇ, ਲੱਤ ਵੀ ਨਕਾਰਾ ਹੋ ਜਾਂਦੀ ਹੈ, ਉਹ ਕੋਟਕਪੂਰੇ ਦੇ ਲਾਗੇ ਕਿਸੇ ਪਿੰਡ 'ਚ ਰਹਿੰਦੇ ਆ ਜੀ। ਅਤੇ ਪੰਥ ਪ੍ਰਕਾਸ਼ ਲਿਖਣ ਵਾਲਿਆਂ ਦੇ ਕਹਿਣ ਦੇ ਮੁਤਾਬਕ ਕਿ ਉਹ 6 ਮਹੀਨਿਆਂ ਬਾਅਦ ਲਾਹੌਰ ਦੇ ਉੱਤੇ ਜਾ ਕੇ ਫਿਰ ਹੱਲਾ ਬੋਲ ਦਿੱਤਾ ਸੀ, ਉਹਨਾਂ ਨੇ ਛਾਪੇ ਮਾਰੇ ਸੀ, ਦੱਸ ਦਿੱਤਾ ਕਿ ਅਸੀਂ ਹੈਗੇ। ਹਾਂਜੀ, ਇਸ ਸਮੇਂ ਵੀ ਜਿਹੜਾ ਸਾਡੇ ਨਾਲ ਵਾਪਰਿਆ, ਸਾਡੇ ਬੰਦਿਆਂ ਨੇ ਵੀ ਛਾਪੇ ਮਾਰ ਮਾਰ ਕੇ ਦੱਸਿਆ ਕਿ ਅਸੀਂ ਹੈਗੇ ਹਾਂ ਇਸ ਘੱਲੂਘਾਰੇ ਦੇ ਵਿੱਚ ਵੀ, ਚਾਹੇ ਉਹ ਭਾਰਤ ਦੀ ਪ੍ਰਧਾਨ ਮੰਤਰੀ ਹੈ ਜਾਂ ਫੌਜ ਦਾ ਮੁਖੀ ਹੈ, ਪੰਜਾਬ ਦਾ ਸੂਬੇਦਾਰ ਆ। ਸਿੱਖਾਂ ਨੇ ਆਪਣੀ
ਜਿੰਨੀ ਵਾਹ ਲੱਗਦੀ ਸੀ ਲਾ ਕੇ ਇਹ ਉਹ ਸਾਡੇ ਪਿੰਡ ਦਾ ਕਵੀ ਹੈ ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਹਾਂਜੀ ਅਸੀਂ 1984 ਤੋਂ ਲੈ ਕੇ 92 ਤੱਕ ਗਹਿ ਗੱਚ ਲੜਾਈ ਲੜੀ ਜੀ, ਪੂਰੀ ਜ਼ਬਰਦਸਤ ਲੜਾਈ ਲੜੀ ਹੈ। ਪਰ ਇੱਥੇ ਹੁਣ ਸਮੱਸਿਆ ਇਹ ਆ ਗਈ ਹੈ ਕਿ ਇਹਨਾਂ ਜੰਗ ਲੜਨ ਤੋਂ ਬਾਅਦ ਜਿਹੜੀ ਸਾਡੀ ਅੱਗੇ ਵਾਲੀ ਪੀੜ੍ਹੀ ਹੈ ਉਹ ਪ੍ਰਭਾਵਿਤ ਕਿਹੜੀਆਂ ਚੀਜ਼ਾਂ ਤੋਂ ਹੋ ਰਹੀ ਹੈ ਕਿ ਜਿਹੜਾ ਉਹਨਾਂ ਦਾ ਕੌਮ ਦੀ ਜਿਹੜੀ ਸਟਰਗਲ ਸੀ, ਮੂਵਮੈਂਟ ਸੀ ਜਾਂ ਲੜਾਈ ਸੀ, ਉੱਧਰੋਂ ਧਿਆਨ ਮੁੜ ਰਿਹਾ। ਜਿਸ ਵੇਲੇ ਅਸੀਂ ਗਹਿਗਾ 'ਚ ਲੜਾਈ ਲੜ ਰਹੇ ਹਾਂ ਉਸੇ ਸੰਨ 86 ਵਿੱਚ ਰਾਜੀਵ ਗਾਂਧੀ ਐਜੂਕੇਸ਼ਨ ਪੋਲਿਸੀ ਬਦਲ ਰਿਹਾ। ਪਹਿਲੀ ਗੱਲ, 86 ਤੋਂ ਪਹਿਲਾਂ ਵੀ ਜਿਹੜੀ ਐਜੂਕੇਸ਼ਨ ਪੋਲਿਸੀ ਹੈ ਅਸੀਂ ਉਹਦੇ 'ਤੇ ਹੀ ਜਿਹੜੀ ਸਾਡੀ ਲੋਕੈਲਿਟੀ ਹੈ ਉਹ ਲੜ ਰਹੀ ਹੈ। ਅਸੀਂ ਜਿਨ੍ਹਾਂ ਸਮਿਆਂ ਦੀ ਉਦਾਹਰਣ ਦੇ ਰਹੇ ਹਾਂ ਉਸ ਵੇਲੇ ਇੱਕ ਲਗਾਤਾਰ ਪਿਛਲੇ ਜਿੰਨਾ ਵੀ ਇਤਿਹਾਸ ਅਸੀਂ ਪੜ੍ਹਦੇ ਆਏ ਹਾਂ ਉਹਨੂੰ ਜੇ ਅਸੀਂ ਕਾਂਗਰਸ ਦੀ ਉਤਪਤੀ 1883 ਉਦੋਂ ਤੱਕ ਦਾ ਸਮਾਂ ਅੱਡ ਕਰ ਲਈਏ ਤਾਂ ਫਿਰ ਉਸ ਤੋਂ ਬਾਅਦ ਜਿੰਨੇ ਕਾਰਨ ਨੇ ਸਾਡੀ ਅੱਜ ਦੀ ਦੁਖਾਂਤ ਦੇ, ਸਾਈਕੋਲੋਜੀਕਲ ਹੋਣ ਭਾਵੇਂ ਸੋਸ਼ਲ ਸਾਈਕੋਲੋਜੀ ਦੀ ਗੱਲ ਹੋਵੇ, ਇੱਕ ਤਾਂ ਹੁੰਦਾ ਕਿ ਵਿਅਕਤੀਗਤ, ਇੱਕ ਹੋ ਗਈ ਵੀ ਲੋਕਾਂ ਦੀ ਧਾਰਾ ਕਿੱਦਾਂ ਬਦਲ ਗਈ ਹੈ। ਜਿਵੇਂ ਹੁਣ ਮਾਰਕਸਿਜ਼ਮ ਵੀ ਹੈ, ਮਾਰਕਸ ਦੇ ਜਿਉਂਦੇ ਜੀ ਥੋੜ੍ਹੀ ਸ਼ੁਰੂ ਹੋ ਗਿਆ, ਸਮਾਂ ਲੱਗਿਆ ਉਹਨੂੰ, ਸਮਾਂ ਲੱਗਿਆ। ਬਹੁਤੀਆਂ ਗੱਲਾਂ ਇਕੋਨਮੀ ਨਾਲ ਵੀ ਜੁੜਦੀਆਂ, ਜਿਹੜਾ ਸਾਡਾ ਕਮੋਡਿਟੀ 'ਤੇ ਕੰਮ ਹੈ, ਮਤਲਬ ਕਮੋਡਿਟੀ 'ਤੇ ਪਕੜ ਹੈ ਉਹ ਸਾਡੀ ਛੁੱਟਦੀ ਗਈ ਹੈ। ਜੇ ਵੱਖ ਵੱਖ ਹੁਣ ਹਿੱਸੇ ਵੰਡਣੇ ਪੈਣੇ ਗੱਲ ਦੇ, ਜੇ ਇਕੱਲੇ ਮੈਂ ਇਕਨੋਮਿਕਸ ਦੀ ਗੱਲ ਕਰਾਂ, ਕਿਉਂਕਿ ਜਿੰਨੀ ਵੀ ਸਾਡੀ ਲੋਕੈਲਿਟੀ ਹੈ ਜਾਂ ਸੋਸ਼ਲ ਵਰਕ ਹੈ, ਭਾਵੇਂ ਸੰਘਰਸ਼ ਹੋਵੇ, ਭਾਵੇਂ ਜਥੇਬੰਦਕ ਕੰਮ ਹੋਣ ਅਤੇ ਭਾਵੇਂ ਕੌਮੀ ਸਿਰਜਣਾ ਹੋਵੇ, ਉਹਦੇ 'ਤੇ ਜਿਹੜੀ ਤੁਹਾਡੀ ਸ਼ਾਹ ਰਗ ਹੈ ਉਹ ਹਮੇਸ਼ਾ ਸੋਸ਼ਲ ਇਕੋਨਮੀ ਹੀ ਹੁੰਦੀ ਹੈ। ਬਿਲਕੁਲ, ਉਹ ਸੋਸ਼ਲ ਇਕੋਨਮੀ ਦਸਵੰਧ ਦੇ ਰੂਪ 'ਚ ਨਹੀਂ ਹੈ, ਦਸਵੰਧ 'ਤੇ ਉਹਦਾ ਐਕਸਟਰਾ ਭਾਗ ਹੈ, ਇੱਕ ਜਿੱਦਾਂ ਕਹਿੰਦੇ ਡਾਇਮੈਂਸ਼ਨ ਵੀ, ਉਹ ਇੱਕ ਐਲਾਨ ਵਰਗਾ ਵੀ ਹਾਂ ਪਾ ਰਹੇ ਹਾਂ, ਉਹ ਐਲਾਨ ਕਰਨ ਵਰਗਾ, ਪਰ ਅਸਲ ਤਾਂ ਮੂਲ ਧਨ ਹੈ, ਮੂਲ ਧਨ ਜਿਹੜਾ ਤੁਹਾਡੇ 'ਤੇ ਵਿਸ਼ਵਾਸ ਹੈ ਤਾਂ ਦਸਵੰਧ ਪਾ ਰਹੇ ਹਾਂ। ਅੱਜ ਦੀ ਸਥਿਤੀ ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਲਾਵਾਂ ਲੈਣ ਵਾਲਿਆਂ ਦਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਕੀਦਾ ਹੈ ਨਹੀਂ। ਇੱਕ ਮੈਰਿਜ ਬਿਊਰੋ ਦੇ ਬਰਾਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਪਾਪੀ, ਸਾਡੇ ਵਾਸਤੇ ਇਹ ਇੱਕ ਵੱਡਾ ਦੁਖਾਂਤ ਹੈ। ਅਸੀਂ ਸੋਸ਼ਲ ਸਟਰਕਚਰ ਆਪਣਾ ਇੰਨਾ ਵੱਡਾ ਹੈ ਕਿ ਆਈਲੈਟਸ ਚੱਲ ਰਹੀ ਹੈ, ਉਹਦੇ ਨਾਲ ਵਿਆਹ ਹੋ ਰਹੇ ਆ, ਅਤੇ ਮੇਰੇ ਸੱਜਣ ਕਈ ਵਕੀਲ ਦੋਸਤ ਨੇ ਅਤੇ ਮੈਂ ਉੱਦਾਂ ਹੀ ਪੁੱਛ ਲਿਆ ਵੀ ਵਿਆਹ ਕਿਵੇਂ ਹੁੰਦਾ ਕੋਰਟ ਮੈਰਿਜ ਜੀ, ਉਹ ਕਹਿੰਦਾ 5000 ਕਿਸੇ ਗ੍ਰੰਥੀ ਨੂੰ ਦਿਓ, ਹਾਂਜੀ, ਅਤੇ ਅਗਲਾ ਵਿਆਹ ਕਰ ਦਿੰਦਾ। ਹਾਂਜੀ, ਵੀ ਆਨੰਦ ਕਾਰ ਜਿਹੜਾ ਸੰਸਕਾਰ ਆ ਉਹ ਬੜਾ ਵੱਡਾ। ਹਾਂਜੀ, ਉਹਨੂੰ ਵੀ 5000 ਰੁਪਈਏ ਦੇ ਵਿੱਚ ਇਹ ਰਸਮ ਨਿਭਾ ਦਿੱਤੀ ਜਾਂਦੀ ਹੈ। ਨਹੀਂ, ਹੁਣ ਆਪਾਂ ਬੇਸਿਕ ਜਿਹੜੀ ਗੱਲ ਆ ਸਾਡੀ, ਮੈਂ ਚਾਹੁੰਦਾ ਆਪਾਂ ਉਹਦੇ 'ਤੇ ਰਹੀਏ। ਹਾਂਜੀ, ਤੁਸੀਂ ਇੱਕ ਗੱਲ ਕਹੀ ਐਜੂਕੇਸ਼ਨ ਪੋਲਿਸੀ ਦੀ, ਐਜੂਕੇਸ਼ਨ ਇਹੋ ਜਿਹਾ ਟੂਲ ਆ ਕਿ ਜਿਹਦੇ ਨਾਲ ਬਹੁ ਗਿਣਤੀ ਦੇ ਬਿਹੇਵੀਅਰ ਨੂੰ ਕੰਟਰੋਲ ਕੀਤਾ ਜਾ ਸਕਦਾ। ਹਾਂਜੀ, ਪਾਰਸਨ ਦੀ ਥਿਊਰੀ ਵੀ ਹੈ ਜੀ, ਹੋਰ ਵੀ ਕਈਆਂ ਨੇ ਇਹਦੇ 'ਤੇ ਥਿਊਰੀਆਂ ਆਪਣੀਆਂ ਦਿੱਤੀਆਂ ਜੀ ਕਿ ਐਜੂਕੇਸ਼ਨ ਦੇ ਨਾਲ ਤੁਸੀਂ ਕਿਵੇਂ ਬਦਲ ਸਕਦੇ ਹੋ ਜੀ। ਇਹ ਮੰਨ ਲਿਆ ਜਾਏ ਕਿ ਸਾਡੀ ਕੰਡੀਸ਼ਨਿੰਗ ਜਿਹੜੀ ਹੋ ਚੁੱਕੀ ਹੈ 100%, 100% 99% ਵੀ ਨਾ ਲਾਏ, ਅਤੇ ਸਾਡੇ ਥੋਟ ਦੇ ਵਿੱਚ ਇੰਨੇ ਜ਼ਿਆਦਾ ਚੇਂਜਸ ਆ ਚੁੱਕਿਆ ਕਿ ਸਾਡੀ ਜਿਹੜੀ ਉਹ ਜੂਝਣ ਵਾਲੀ ਪੀੜ੍ਹੀ ਅਤੇ ਹੁਣ ਵਾਲੀ ਪੀੜ੍ਹੀ ਦੇ ਵਿੱਚ ਫਰਕ ਆ, ਪੂਰਾ ਫਰਕ ਹੈ। ਜਿਹੜਾ ਵਿਸ਼ਾ ਤੁਸੀਂ ਨਿਖੇੜਿਆ ਮੈਂ ਉਹਦੇ ਨਾਲ ਜੋੜਨ ਕਰਕੇ ਮੈਂ ਉਹ ਜੋੜਿਆ ਸੀ ਵਿਸ਼ਾ, ਜਿਹੜਾ ਅਧਿਆਪਕ ਅਸੀਂ ਬਾਹਰੋਂ ਇੰਪੋਰਟ ਕਰ ਰਹੇ ਹਾਂ, ਅਧਿਆਪਕ ਮਹਾਂ ਮਾਰਤੀ ਸੱਚਾਈ,
ਸਾਡੇ ਜਿਹੜਾ ਜਿਸ ਵਿਸ਼ੇ ਨੂੰ ਇਹ ਸੈਂਸਿਟਿਵ ਕਹਿੰਦੇ ਆ, ਮੈਂ ਉਹਨੂੰ ਇੰਪੋਰਟੈਂਟ ਕਹਿੰਦਾ। ਸਾਡੇ ਅੱਜ ਲੜਾਈ ਹੈ ਅਰੇਂਜ ਮੈਰਿਜ ਅਤੇ ਲਵ ਮੈਰਿਜ ਦੀ। ਆਨੰਦ ਕਾਰਜ ਦਾ ਜਿੰਨੇ ਵੀ ਚਾਰ ਲਾਵਾਂ ਦੇ ਜਿਹੜੇ ਸ਼ਬਦ ਨੇ, ਉਹਦੇ 'ਚ ਪਤੀ ਪਤਨੀ ਵਾਲਾ ਕੰਸੈਪਟ ਤਾਂ ਹੈ ਨਹੀਂ ਸਾਡੇ। ਅਸੀਂ ਤਾਂ ਖੁਦ ਜੀਵ ਇਸਤਰੀ ਹਾਂ। ਜੇ ਜੀਵ ਇਸਤਰੀ ਹਾਂ ਅਸੀਂ ਜੇ ਜੀਵਨ ਕਿਸੇ ਮਾਰਗ ਦੇ ਵਿੱਚ ਅਸੀਂ ਜੀਵਨ ਸਾਥੀ ਨਾਲ ਚੁਣਨਾ, ਅਸੀਂ ਚੁਣਨਾ, ਪਰਿਵਾਰ ਨੇ ਚੁਣਨਾ, ਪਰਿਵਾਰ ਵੀ ਤਾਂ ਗੁਰਮਤਿ ਦਾ ਧਾਰਨੀ ਹੋਵੇ ਉਹੀ ਚੁਣੇਗਾ। ਗੁਰਮਤਿ ਦੀ ਸਿੱਖਿਆ 'ਚ ਪਿੱਛੇ ਰਹਿ ਗਏ, ਇੱਥੇ ਤਾਂ ਮੈਨੂੰ ਲੱਗਦਾ ਉਲਟ ਚੱਲ ਪਏ ਹਾਂ। ਗੁਰੂ ਦੇ ਨਾਲ ਮੱਥਾ ਖੁਦ ਲਾ ਰਹੇ ਹਾਂ ਅਸੀਂ, ਗੁਰੂ ਦੇ ਗੋਦੀ 'ਚ ਬਹਿ ਕੇ ਲਾ ਰਹੇ ਹਾਂ, ਗੁਰੂ ਦੀ ਉਪਮਾ ਕਰਨ ਦੇ ਨਾਲ। ਇਹ ਚੀਜ਼ ਸਮਝਦਾ ਕਿ ਜਦੋਂ ਅਸੀਂ ਛੋਟੇ ਛੋਟੇ ਸੀ ਨਾ, ਹਾਂਜੀ, ਅਤੇ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਗ੍ਰੰਥੀ ਸਿੰਘ ਜਿਹੜੇ ਸੀ ਉਹ ਬੜੇ ਪੜ੍ਹੇ ਲਿਖੇ ਸਨ, ਹਾਂਜੀ, ਕਥਾ ਵੀ ਕਰਦੇ ਸੀ ਜੀ, ਅਤੇ ਉਹ ਸ਼ਾਮ ਨੂੰ ਕਲਾਸ ਲਾਉਂਦੇ ਸੀ ਬੱਚਿਆਂ ਦੀ। ਹਾਂਜੀ, ਅਸੀਂ ਸਕੂਲ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਣਾ, ਹਾਂਜੀ, ਉੱਥੇ ਉਹਨਾਂ ਨੇ ਸਾਨੂੰ ਮਹਾਰਨੀ ਸਿਖਾਈ। ਮੈਂ 7 ਸਾਲ ਦੀ ਉਮਰ ਦੇ ਵਿੱਚ ਕਿਤਾਬਾਂ ਰਸਾਲੇ ਜਿਹੜੇ ਐਨ ਵਧੀਆ ਪੜ੍ਹ ਲੈਣਾ ਸੀ ਜੀ ਪੰਜਾਬੀ ਦੇ ਵਿੱਚ, ਅਤੇ ਸੰਥਿਆ ਨਿਤਨੇਮ ਦੀ ਮੇਰੀ 7-8 ਸਾਲ ਦੀ ਉਮਰ ਦੇ ਵਿੱਚ ਹੋ ਗਈ ਸੀ। ਹੁਣ ਦੇ ਸਮੇਂ ਦੇ ਵਿੱਚ ਪਿੰਡਾਂ 'ਚ ਜਦੋਂ ਦੇਖਦੇ ਹਾਂ ਕਿ ਗੁਰਦੁਆਰਿਆਂ ਦੇ ਜਿਹੜੇ ਗ੍ਰੰਥੀ ਸਿੰਘ ਆ ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ। ਕੋਈ ਅਖਬਾਰ ਪੜ੍ਹ ਲੈਂਦਾ ਹੈ ਅਤੇ ਬਸ ਠੀਕ ਹੈ, ਗ੍ਰੰਥੀ ਸਿੰਘ ਲਾ ਦਿਓ ਜੀ ਇਹਨੂੰ, ਕੋਈ ਨਹੀਂ ਪਾਠ ਕਰ ਹੀ ਲੈਣਾ। ਹਾਂਜੀ, ਹੁਣ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਹੀ ਨਹੀਂ ਸਕਦਾ, ਸਮਝ ਹੀ ਨਹੀਂ ਸਕਦਾ, ਸਮਝਾਊਗਾ ਕੀ? ਬਿਲਕੁਲ। ਅਤੇ ਅਸੀਂ ਸਕੂਲ ਤਾਂ ਮਹਿੰਗੇ ਮਹਿੰਗੇ ਰੱਖ ਲਏ, ਫੀਸਾਂ ਵੀ ਵੱਧ ਤੋਂ ਵੱਧ ਦੇ ਲਈਆਂ। ਹਾਂਜੀ, ਕੀ ਪਿੰਡਾਂ ਦੇ ਲੋਕ ਰਲ ਕੇ ਗ੍ਰੰਥੀ ਸਿੰਘ ਨਹੀਂ ਕੋਈ ਇਹੋ ਜਿਹਾ ਰੱਖ ਸਕਦੇ ਵੀ ਜਿਹਨੂੰ ਇਹ, ਹੁਣ ਆਪਾਂ ਇੱਥੇ ਸਾਡੇ ਲੋਕ ਸਵਾਲ ਕਰ ਦਿੰਦੇ ਵੀ ਗ੍ਰੰਥੀ ਸਿੰਘ ਨੂੰ ਕੀ ਲੋੜ ਆ, ਵੀ ਸੰਨਿਆਸੀਆਂ ਦਾ ਧਰਮ ਥੋੜ੍ਹੀ ਹੈ, ਇਹ ਗ੍ਰਸਤੀਆਂ ਦਾ ਧਰਮ ਆ, ਉਹਦਾ ਵੀ ਪਰਿਵਾਰ ਆ, ਰੋਟੀ ਪਾਣੀ ਉਹਦਾ ਵੀ ਚੱਲਣਾ। ਕੀ ਪਿੰਡ ਦੇ ਲੋਕ 1000-1000 500-500 ਕਰਕੇ ਵੀ ਇਕੱਠੇ ਹੋ ਕੇ ਉਹਦੀ ਉਪਜੀਵਿਕਾ ਲਈ, ਕਈ ਪਿੰਡਾਂ 'ਚ ਤਾਂ ਗ੍ਰੰਥੀ ਵਿਚਾਰੇ ਇਹੋ ਜਿਹਾ ਕਿ ਉਹ ਬਸ ਇੰਨਾ ਕਹਿ ਕੇ 3500 ਰੁਪਈਆ ਦਿੰਦੇ ਆ ਕਿ ਤੁਸੀਂ ਪਿੰਡ 'ਚੋਂ ਇਕੱਠਾ ਕਰ ਲਿਆ ਕਰੋ, ਡਾਲੀ ਕਰ ਲਿਆ ਕਰੋ, ਦੁੱਧ ਇਕੱਠਾ ਕਰ ਲਿਆ, ਰੋਟੀ ਇਕੱਠੀ ਕਰ ਲਈ। ਸਾਡੇ ਜਿਨ੍ਹਾਂ ਨੇ ਸਾਨੂੰ ਧਾਰਮਿਕ ਸਿੱਖਿਆ ਦੇਣੀ ਹੈ, ਅੱਗੇ ਪਹੁੰਚਾਉਣਾ ਜੀ, ਸਿੱਖਾਂ ਦੇ ਥਿਓਲੋਜਿਸਟ, ਉਹ ਮੰਗਤੇ ਬਣਾਤੇ। ਥਿਓਲੋਜਿਸਟ ਦੇ ਮੰਗਤੇ ਬਣਨ ਦੀ ਵਜ੍ਹਾ ਹੀ ਥਿਓਲੋਜੀ ਦੇ ਉਸ ਧਾਰਾ ਦਾ ਹੱਥ ਜਿਹੜੀ 1883 ਦੀ ਜ਼ਿਕਰ ਕੀਤਾ, ਉਹਨਾਂ ਨੇ ਜਦੋਂ ਤੁਹਾਡੇ ਜਿਹਨੂੰ ਰਿਲੀਜੀਅਨ ਕੰਸੈਪਟ ਦੇ ਦਿੱਤਾ, ਜਿਹੜਾ ਹੁਣ ਪੰਜਾਬੀ ਭਾਸ਼ਾ ਦਾ ਵੀ ਝਗੜਾ ਚੱਲਦਾ ਹੈ, ਕਿਸ ਗੱਲ 'ਤੇ ਚੱਲਦਾ? ਗੁਰਮੁਖੀ ਲਿਪੀ ਆ, ਗੁਰਮੁਖੀ ਲਿਪੀ ਜਿਸ ਵੇਲੇ ਸਾਨੂੰ ਬਖਸ਼ਿਸ਼ ਹੋ ਰਹੀ ਹੈ, ਦਾਤ ਵਜੋਂ ਬਖਸ਼ਿਸ਼ ਹੋ ਰਹੀ ਹੈ, ਨਾ ਕਿ ਕਿਸੇ ਡੋਮੀਨੈਂਸ ਵਾਸਤੇ। ਗੁਰੂ ਸਾਹਿਬ ਜਿਹੜੀ ਬੋਲੀਆਂ ਬੋਲ ਰਹੇ ਆ ਉਹ ਇਕੱਲੀ ਪੰਜਾਬੀ ਨਹੀਂ ਬੋਲ ਰਹੇ, ਜਿਹਨੂੰ ਅਸੀਂ ਅੱਜ ਪੰਜਾਬੀ ਕਹਿ ਰਹੇ ਹਾਂ, ਜਿਹੜੀ ਸੰਨ 47 ਤੋਂ ਬਾਅਦ ਪੰਜਾਬ ਸੂਬੇ ਦੇ ਨਾਂ 'ਤੇ ਪੰਜਾਬੀ ਹੈ, ਉਹ ਥੋੜ੍ਹੀ ਗੁਰੂ ਸਾਹਿਬ ਗੁਰਮੁਖੀ ਉਚਾਰ ਰਹੇ, ਗੁਰਮੁਖੀ ਲਿਪੀ ਆ, ਗੁਰੂ ਜੋ ਉਚਾਰੇਗਾ ਉਹ ਗੁਰਮੁਖੀ ਹੀ ਹੈ, ਗੁਰੂ ਦੇ ਮੁੱਖ 'ਚੋਂ ਜਿਹੜੀ ਉਹ ਗੁਰਮੁਖੀ ਹੈ। ਸਾਨੂੰ ਉਹਦੇ ਪਸਾਰ 'ਤੇ ਵੱਡੇ ਵੱਡੇ ਡਾਇਮੈਂਸ਼ਨ ਜਿਹੜੇ ਨੇ ਉਹਨੂੰ ਫੜਨਾ ਪੈਣਾ ਸੀ, ਅਸੀਂ ਪੁੱਠੇ ਤੁਰ ਪਏ। ਜਿਹੜਾ ਸਟੇਟ ਨੈਰੇਟਿਵ ਸਾਨੂੰ ਪੰਜਾਬ ਫੜਾ ਰਿਹਾ, ਲਾਹੌਰ ਤੋਂ ਤੋੜ ਕੇ ਅਸੀਂ ਪੰਜਾਬ 'ਚ ਫਸ ਕੇ ਬੈਠ ਗਏ, ਜਿਹਨੂੰ ਉਹਨਾਂ ਨੇ ਦੇਖ ਲਿਆ ਕਿ ਸਾਡੇ ਤੋਂ ਗੁਰੂ ਪਾਤਸ਼ਾਹ ਨੇ ਕਿਵੇਂ ਖਾਲਸਾ ਪੰਥ ਸਾਜਿਆ, ਕਿਵੇਂ ਉਹਨਾਂ ਬਗਾਵਤ ਦੀ ਧਾਰਾ ਖੜ੍ਹੀ ਹੋ ਗਈ ਜਿਹੜੀ ਮੁਗਲੀਆ ਰਾਜ ਨੂੰ ਵੀ ਹਿਲਾ ਗਈ ਅਤੇ ਸਾਨੂੰ ਵੀ ਹਿਲਾ ਗਈ, ਪਹਾੜੀ ਰਾਜਿਆਂ ਨੂੰ ਵੀ, ਬਾਕੀਆਂ ਨੂੰ ਵੀ, ਕਿਉਂਕਿ ਉਹ ਰਾਜ ਤਾਂ ਕਰ ਰਹੇ ਸੀਗੇ। ਜੇ ਅਸੀਂ ਰਾਜ ਦੀ ਪਰਿਭਾਸ਼ਾ ਐਵੇਂ ਹੀ ਲੈਣੀ ਹੈ ਕਿ ਹਾਂ ਅਸੀਂ ਖਿੱਤੇ ਮਾਣ ਰਹੇ ਹਾਂ, ਅਸੀਂ ਜਗੀਰਦਾਰੀਆਂ ਮਾਣ ਰਹੇ ਹਾਂ, ਔਰ ਕਿਸੇ ਨਾ ਕਿਸੇ ਹਾਲ 'ਤੇ ਇੱਕ ਮਿੱਕ ਤਾਂ ਹੋਏ ਸੀ ਨਾ, ਉਸ ਸੋਸ਼ਲ ਸਟਰਕਚਰ ਨੂੰ ਦੇਖੀਏ,
ਗੁਰੂ ਸਾਹਿਬ ਵੇਲੇ ਜਦੋਂ ਉਹਨਾਂ ਨੇ ਕਿਹਾ ਕਿ ਧਰਮਸ਼ਾਲਾ ਬਣਾਓ, ਦੈਟ ਮੀਨਸ ਉਦੋਂ ਧਰਮਸ਼ਾਲਾਵਾਂ ਨਹੀਂ ਸੀਗੀਆਂ, ਨਹੀਂ ਸੀਗੀਆਂ। ਜਦੋਂ ਉਹਨਾਂ ਨੇ ਕਿਹਾ ਕਿ ਬੌਲੀਆਂ ਖੂਹ ਪੱਟੋ, ਖੂਹ ਨਹੀਂ ਸੀ ਇੰਨੇ ਜ਼ਿਆਦਾ, ਪਾਣੀ ਦੇ ਸਰੋਤ, ਠੀਕ ਹੈ, ਪਾਣੀ ਦੇ ਸਰੋਤ ਸਮਾਜਿਕ ਆਉਣ ਜਾਣ ਦੇ, ਕਿਉਂਕਿ ਪੈਦਲ ਤੁਰਨਾ ਸਫ਼ਰ ਹੈ। ਫਿਰ ਗੁਰੂ ਪਾਤਸ਼ਾਹ ਦਾ ਜਿੰਨਾ ਸਫ਼ਰ ਹੈ ਉਹ ਲਬਾਣਿਆ ਅਤੇ ਜਿੰਨਾ ਵਣਜਾਰੇ ਸਮਾਜ, ਜਿੰਨਾ ਮੁਸਾਫਰੀ ਸਮਾਜ ਉਹੀ ਸੀ ਜ਼ਿਆਦਾ, ਉਹਨਾਂ ਨਾਲ ਤੁਰਨਾ, ਉਹੀ ਗੁਰੂ ਪਾਤਸ਼ਾਹ ਦੇ ਨਾਲ ਵੱਧ ਜੁੜੇ। ਇਕਨੋਮਿਕਸ ਦਾ ਫੈਕਟ ਸਮਝੋ, ਫਿਰ ਇਕਨੋਮਿਕਸ ਜਿੱਥੋਂ ਇੱਥੇ ਜੁੜਦੀ ਹੈ, ਫਿਰ ਅੱਜ ਦਾ ਜਿਹੜਾ ਵਿਆਖਿਆ ਦਾ ਵੀ ਢੰਗ ਹੈ ਉਹ ਕਹਿ ਦਿੰਦਾ ਹੈ ਕਿ ਆਪਣਾ ਕਰਤਾਰਪੁਰ ਸਾਹਿਬ ਦੀ ਰਚਨਾ ਤੋਂ ਬਾਅਦ ਗੁਰੂ ਪਾਤਸ਼ਾਹ ਖੇਤੀ ਕਰਨ ਲੱਗੇ, ਮਤਲਬ ਕਿਸਾਨੀ, ਇਕੱਲੀ ਕਿਸਾਨੀ ਇਹਨੂੰ ਜਿਹੜੀ ਕਮੋਡਿਟੀ ਉਪਜਾਉਣ ਨੂੰ, ਇਹਨੂੰ ਹੀ ਟੋਟਲ ਕਿਸਾਨੀ ਕਹਿ ਰਹੇ। ਜਿਵੇਂ ਹੁਣ ਪਿੱਛੇ ਜੇ ਕਿਰਤ ਦਾ ਪਰਿਭਾਸ਼ਾ ਦੀ ਗੱਲ ਚੱਲੀ ਸੀ ਨਾ, ਤਾਂ ਮੈਂ ਸੋਚਦਾ ਪਿਆ ਸੀਗਾ ਵੀ ਕਿਰਤ ਰੁਜ਼ਗਾਰ ਨੂੰ ਤਾਂ ਨਹੀਂ ਕਹਿੰਦੇ ਹੋਣੇ, ਉਹਦੇ ਲਈ ਤਾਂ ਸ਼ਬਦ ਸਾਡੇ ਕੋਲ ਰਿਜ਼ਕ ਹੈਗਾ। ਜੇ ਰਿਜ਼ਕ ਰੁਜ਼ਗਾਰ ਹੈ ਫਿਰ ਕਿਰਤ ਦੀ ਪਰਿਭਾਸ਼ਾ ਸਿਰਜਣਾ 'ਤੇ ਆਉਂਦੀ ਹੈ। ਕ੍ਰਿਸ਼ੀ ਆ, ਕ੍ਰਿਸ਼ੀ ਕ੍ਰਿਸ਼ਨ ਜੇ ਵੀ ਹੈ, ਕ੍ਰਿਸ਼ਨ ਕਿਸ ਵਾਸਤੇ ਹੋ? ਨਾਸ ਕਰਨ ਵਾਸਤੇ ਹੈ ਨਾ ਕਿਸੇ ਨੂੰ, ਪਰ ਹੈ ਤਾਂ ਸਿਰਜਣਾਤਮਕ ਹੈ। ਤੁਸੀਂ ਕਿਸਾਨੀ ਕਰਦੇ ਹੋ, ਉਗਾਉਂਦੇ ਹੋ ਕੁਛ, ਕਿਰਤ ਕਰਦੇ ਹੋ, ਹੁਣ ਸਾਡੇ ਕੋਲ ਕਲਾ ਹੋਈ ਹੈ। ਹੁਣ ਫਿਕਸ਼ਨ ਅਤੇ ਨੋਨ ਫਿਕਸ਼ਨ ਦਾ ਝਗੜਾ ਇੱਥੇ ਖੜਾ। ਜਦੋਂ ਗੱਲ ਅੱਜ ਦੇ ਸਮੇਂ ਦੀ ਚੱਲਦੀ ਹੈ ਨੋਨ ਫਿਕਸ਼ਨ ਦੀ, ਨੋਨ ਫਿਕਸ਼ਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਉਹਦੇ 'ਚ ਲਾਗ ਲਪੇਟ ਨਹੀਂ ਹੋਣਾ। ਉਹ ਤਾਂ ਸਿੱਧੀ ਸੱਟ ਵਰਗਾ ਹੈ, ਉਹ ਨੋਨ ਫਿਕਸ਼ਨ ਕੋਈ ਬੰਦਾ ਗੱਲ ਕਰੇ ਜਾਂ ਨੋਨ ਫਿਕਸ਼ਨ ਕਿਤਾਬ ਆਵੇ, ਉਹਦੇ ਉੱਤੇ ਡਿਸਕਸ਼ਨ ਚਾਹੀਦੀ ਹੈ, ਡਿਸਕਸ਼ਨ ਤੋਂ ਬਾਅਦ ਲਹਿਰ ਚਾਹੀਦੀ ਹੈ, ਤੀਸਰੀ ਕੋਈ ਉਹਦੇ 'ਚ ਥਾਂ ਨਹੀਂ। ਕਿਉਂਕਿ ਕੋਈ ਬੰਦਾ ਦੁਖਾਂਤ ਸੁਣਾ ਰਿਹਾ ਜਾਂ ਕੋਈ ਹਾਲਾਤ ਦੱਸ ਰਿਹਾ, ਉਹ ਕੋਈ ਮਸਾਲਾ ਨਹੀਂ ਹੈ ਵੀ ਤੁਸੀਂ ਆਪਣੇ ਟੇਬਲ 'ਤੇ ਬਹਿ ਕੇ ਪੜ੍ਹਿਆ ਅਤੇ ਇੱਦਾਂ ਰੱਖ ਕੇ ਛੱਡਤਾ। ਜਿਹਨੇ ਪੜ੍ਹਿਆ ਨਹੀਂ ਪੜ੍ਹਿਆ ਨਾ ਸਹੀ, ਕੋਈ ਚਰਚਾ ਦਾ ਵਿਸ਼ਾ ਨਹੀਂ ਆ, ਗੱਲ ਇਕੱਲੀ 84 ਜਾਂ ਕਿਸੇ ਹੋਰ ਦੀ ਨਹੀਂ। ਕੋਈ ਵੀ ਦੁਖਾਂਤ ਹੋਵੇ, ਕੋਈ ਵੀ ਮਸਲਾ, ਉਹਦੇ 'ਤੇ ਕੋਈ ਫਿਕਸ਼ਨ ਡਾਕੂਮੈਂਟਰੀ ਆਉਂਦੀ ਹੈ, ਡਾਕੂਮੈਂਟਰੀ ਸੋਸ਼ਲ ਕਿਸੇ ਨਾ ਕਿਸੇ ਚੇਂਜ ਦਾ ਵਜ੍ਹਾ ਬਣਨੀ ਚਾਹੀਦੀ ਹੈ। ਪਰ ਸਾਡੇ ਵਾਸਤੇ ਹਰ ਇੱਕ ਚੀਜ਼ ਗੋਸਿਪ ਹੁੰਦੀ ਹੁਣ ਇੱਕ ਮੇਰਾ ਖਿਆਲ ਹੈ ਮੌਕਰੀ ਰਹਿ ਗਈ ਹੈ ਹਰ ਇੱਕ ਚੀਜ਼। ਤਾਂ ਹੀ ਤਾਂ ਹੁਣ ਮੌਕਰੀ ਵਾਲਾ ਮੁੱਖ ਮੰਤਰੀ ਵੀ ਬੈਠ ਗਿਆ, ਅਸਰ ਨਹੀਂ ਕਿਸੇ ਨੂੰ। ਅੱਜ ਟੋਟਲੀ ਮੌਕਰੀ ਹੈ। ਜੇ ਟਰੂਡੋ ਟਰੰਪ ਬੈਠਾ ਉਹ ਵੀ ਕੀ ਮਜ਼ਾਕ ਕਰ ਰਿਹਾ ਸੀ, ਮੋਦੀ ਵੀ ਸ਼ਗੂਫੇ ਛੱਡਦਾ, ਠੀਕ ਹੈ, ਉਹਦੀ ਨੀਤੀਆਂ ਸੌੜੀਆਂ ਨੇ, ਉਹ ਚੁੱਪ ਨੇ, ਉਹ ਚੁੱਪ ਚਾਪ ਚੱਲ ਰਿਹਾ, ਪਰ ਜੋ ਉਹਨੇ ਸਟੇਜ 'ਤੇ ਬੋਲਣਾ ਉਹ ਮੌਕਰੀ ਹੈ, ਠੀਕ ਹੈ। ਰਾਹੁਲ ਗਾਂਧੀ ਗੱਲਾਂ ਕਰਦਾ ਸਿੰਸੀਅਰ, ਉਹਦੀ ਸਿੰਸੀਅਰ ਗੱਲਾਂ ਉੱਥੇ ਆ ਕੇ ਮੌਕਰੀ ਬਣ ਜਾਂਦੀਆਂ ਜਦੋਂ ਉਹਨੇ ਐਕਸ਼ਨ ਲੈਣਾ। ਪਿਛਲੇ 3 ਸਾਲਾਂ ਵਿੱਚ ਉਹਨੇ ਜਿੰਨੀ ਮਿਹਨਤ ਕੀਤੀ, ਪਿਛਲੇ 4 ਮਹੀਨਿਆਂ 'ਚ ਮਿੱਟੀ ਕਰਤੀ ਜਦੋਂ ਉਹਨੇ ਇਹ ਕਹਿ ਦਿੱਤਾ ਵੀ ਜਾਤੀਵਾਦੀ ਜਨਗਣਨਾ ਕਰਨੀ, ਉਹ ਕਾਂਗਰਸ ਦੀ ਉਹ ਪੁਰਾਣੀ ਰਾਜਨੀਤੀ 'ਤੇ ਲੈ ਗਿਆ ਜਿਹੜੀ ਕਾਸਟਿਜ਼ਮ 'ਤੇ ਸੀ। ਕਿਸੇ ਨੂੰ ਯਾਦ ਹੋਏ ਕਿ ਨਰਿੰਦਰ ਮੋਦੀ ਨੇ ਪਹਿਲਾਂ ਆਪਣੇ ਇੰਟਰਵਿਊ ਵਿੱਚ, ਦੂਰਦਰਸ਼ਨ ਪਹਿਲਾਂ ਇੰਟਰਵਿਊ ਦਿੱਤਾ ਸੀ ਜਦੋਂ ਪ੍ਰਧਾਨ ਮੰਤਰੀ ਬਣਨਾ ਸੀਗਾ, ਉਹ ਕਹਿੰਦੇ ਸੀ ਵੀ ਤੁਸੀਂ ਬਣੋਗੇ, ਕਹਿੰਦਾ ਬਣ ਗਿਆ ਮੈਂ, ਵਿਸ਼ਵਾਸ ਸੀ। ਇਹ ਕਹਿੰਦੇ ਹੰਕਾਰ ਬੋਲਦਾ, ਮੈਂ ਕਿਹਾ ਨਹੀਂ ਹੰਕਾਰ ਨਹੀਂ ਬੋਲਦਾ, RSS ਦੀ 100 ਸਾਲ ਦੀ ਮਿਹਨਤ ਬੋਲਦੀ ਹੈ। ਉਹ ਚੀਜ਼ ਬੋਲਦੀ ਹੈ ਜਿਹਨੂੰ ਤੁਸੀਂ ਕਾਊਂਟ ਨਹੀਂ ਕਰਦੇ। ਜਿੰਨੇ ਵੀ ਸਾਡੇ ਰਾਜਨੀਤਿਕ ਵਿਸ਼ਲੇਸ਼ਕ ਹੈ ਉਹ ਪੈਸੇ ਨੂੰ ਕਾਊਂਟ ਕਰਦੇ, ਉਹ ਬਾਹਰੋਂ ਦੇਸ਼ ਦੀ ਪਾਵਰ ਨੂੰ ਕਾਊਂਟ ਕਰਦੇ ਆ, ਜਾਂ ਫਿਲਮਾਂ ਨੇ ਜੋ ਦਿਖਾ ਦਿੱਤਾ। ਹੁਣ ਉਸੇ ਫਿਲਮਾਂ ਦੇ ਵਿਸ਼ੇ ਦੇ ਨਾਲ ਜੁੜਦੀ ਗੱਲ ਹੀ ਹੈ, ਕਿਉਂਕਿ ਮੈਂ ਜਿੰਨੀ ਵੀ ਗੱਲ ਦੱਸ ਰਿਹਾ ਫਿਲਮਾਂ ਦੇ ਦੁਆਲੇ ਤਾਂ ਦੱਸ ਰਿਹਾ, ਫਿਲਮਾਂ ਉਹਨਾਂ ਸਾਰਿਆਂ ਨੂੰ ਪੋਰਟਰੇ ਕਰਦੀ ਹੈ
ਉਹਦੇ ਵਿੱਚ ਸੱਚ ਦੱਸਦੀ ਆ, ਉਹ ਸੱਚ ਅਸੀਂ ਸਮਝਦੇ ਨਹੀਂ, ਅਤੇ ਜਿਹੜਾ ਝੂਠ ਹੈ ਉਹਦੇ ਵੱਲ ਹੀ ਜਾਂਦੇ ਆ। ਬੰਦੇ 'ਚ ਦੋ ਚੀਜ਼ਾਂ ਆ ਜਾਂਦੀਆਂ, ਜਿੱਦਾਂ ਤੁਸੀਂ ਨੌਕਰੀ ਦੀ ਗੱਲ ਕੀਤੀ ਹੈ ਜੀ, ਇਹੋ ਜਿਹੇ ਲੀਡਰਾਂ ਨੂੰ ਪਸੰਦ ਕਰਨ ਵਾਲਾ ਸਮਾਜ, ਹਾਂਜੀ, ਉਹ ਵੀ ਇਕੱਲੇ ਇੰਟਰਟੇਨਮੈਂਟ ਹੀ ਭਾਲਦਾ। ਆਪਾਂ ਪਿੱਛੇ ਵੀ ਗੱਲਬਾਤ ਕਰਦੇ ਸੀ ਕਿ ਜਿਹੜੇ ਧਾਰਮਿਕ ਲੋਕ ਨੇ ਜੀ, ਉਹ ਕੀਰਤਨ ਸੁਣਦੇ ਹੋਏ ਵੀ, ਕਥਾ ਸੁਣਦੇ ਹੋਏ ਵੀ, ਢਾਡੀ ਵਾਰਾਂ ਸੁਣਦੇ ਹੋਏ ਵੀ, ਵਖਿਆਨ ਸੁਣਦੇ ਹੋਏ ਵੀ ਇੰਟਰਟੇਨਮੈਂਟ ਭਾਲਦੇ ਆ ਕਿ ਇਹਦੇ 'ਚ ਚੁਗਲੀ ਰਸ ਹੋਵੇ, ਕਿਸੇ ਦੇ ਵਿਰੋਧ ਦੇ ਵਿੱਚ ਕੁਝ ਬੋਲਿਆ ਜਾਏ, ਜਾਂ ਸਾਜ਼ ਇੰਨੇ ਸੁੰਦਰ ਵਜਾਏ ਜਾਣ ਕਿ ਉਹ ਆਨੰਦ ਨੂੰ ਪਿੱਛੇ ਛੱਡ ਕੇ ਮਤਲਬ ਹੋਰ ਹੀ ਸਾਜ਼ਾਂ 'ਤੇ ਆਉਣਾ, ਕਿਸੇ ਵੱਖਰੇ ਪਾਸੇ ਜਾਣ ਦੀ ਕੋਸ਼ਿਸ਼ ਕਰਦੇ। ਇਵੇਂ ਹੀ ਸਮਾਜ ਦੀ ਗੱਲ ਆ, ਹਾਂਜੀ, ਵੀ ਸਾਨੂੰ ਲੀਡਰ ਵੀ ਉਹ ਚੰਗੇ ਲੱਗਦੇ ਆ ਕਿ ਜਿਹੜੇ ਕੰਮ ਘੱਟ ਕਰਨ ਪਰ ਗੱਲਾਂ ਉਹ ਆਨੰਦ ਦੇਣ। ਸਾਜ਼ਾਂ ਉੱਤੇ ਦੋ ਗੱਲਾਂ ਆਉਣੀਆਂ ਜ਼ਰੂਰੀ ਹੈ, ਫਿਰ ਲੀਡਰਾਂ 'ਤੇ ਆਇਆ ਜਾਣਾ। ਸਾਨੂੰ ਇਸ ਗੱਲ ਦਾ ਦੁੱਖ ਵੀ ਆ, ਇਸ ਗੱਲ ਦਾ ਚੰਗੀ ਤਰ੍ਹਾਂ ਇਲਮ ਵੀ ਹੈ ਕਿ ਸਾਡੇ 'ਚੋਂ ਗੁਰਮਤਿ ਸੰਗੀਤ ਦੇ ਜਿਹੜੇ ਤੰਤੀ ਸਾਜ਼ ਸੀ ਉਹ ਗੁਆਚੇ ਮੁੜ ਦੁਬਾਰਾ ਸੁਰਜੀਤ ਕਰਨ ਦੀ ਗੱਲ ਹੋਈ, ਪਰ ਮੁੜ ਦੁਬਾਰਾ ਸੁਰਜੀਤ ਕਰਨ ਦੇ ਮਸਲੇ ਉੱਤੇ ਮੈਂ ਇੱਕ ਗੱਲ ਵਾਰ ਵਾਰ ਕਹਿੰਦਾ, ਹੁਣ ਵੀ ਕਹਿੰਦਾ, ਪਹਿਲਾਂ ਵੀ ਕਹਿੰਦਾ ਆਇਆ, ਕਿ ਸ਼ਾਸਤਰੀ ਸੰਗੀਤ ਨੂੰ ਤੁਸੀਂ ਫਿਲਟਰ ਲਾ ਕੇ ਨਾ ਲਿਓ। ਗੁਰਬਾਣੀ ਸੰਗੀਤ ਸ਼ਾਸਤਰੀ ਸੰਗੀਤ ਨਹੀਂ ਹੈ। ਬਿਲਕੁਲ, ਗੁਰਮਤਿ ਸੰਗੀਤ ਅਲੱਗ ਹੈ, ਸ਼ਾਸਤਰੀ ਸੰਗੀਤ ਅਲੱਗ ਹੈ, ਜਿਹੜਾ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਅਤੇ ਗੁਰਮਤਿ ਸੰਗੀਤ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਕਿਉਂਕਿ ਸ਼ਾਸਤਰੀ ਸੰਗੀਤ ਜਿਹੜਾ ਹੈ ਉਹ ਵੀ ਫੋਕ ਤੋਂ ਤੋੜਿਆ ਗਿਆ, ਲੋਕਧਾਰਾ ਤੋਂ ਤੋੜਿਆ ਗਿਆ, ਉਹਨਾਂ ਨੇ ਲੋਕਧਾਰਾ ਦੀ ਚੀਜ਼ਾਂ ਨੂੰ ਥੀਏਟਰ ਦੇ ਦੋ ਚਾਰ ਕਲਿੱਪ, ਕਿਉਂਕਿ ਹੁਣ ਉਹਨਾਂ ਦੇ ਫੋਕ 'ਚ ਦੇਖੀਏ, ਪਿੱਛੇ ਜੇ ਇੱਕ ਫਿਲਮ ਆਈ ਸੀ ਕੰਤਾਰਾ, ਉਹ ਵਰਾਹ ਜਿਹੜਾ ਅਵਤਾਰ ਹੋਇਆ ਉਹਦੀ ਗੱਲ ਕਰਦੇ ਆ, ਵਰਾਹ ਅਵਤਾਰ 'ਤੇ। ਹੁਣ ਜਿਹੜੇ ਬੰਦੇ, ਮੈਂ ਉਹਨਾਂ ਬੰਦਿਆਂ 'ਤੇ ਹੈਰਾਨ ਹੋਇਆ ਸੀ ਜਿਹੜੇ ਉਹਨੂੰ ਪ੍ਰਮੋਟ ਕਰ ਰਹੇ ਸੀ, ਤਾਰੀਫ ਕਰ ਰਹੇ ਸੀ, ਮੈਂ ਕਿਹਾ ਤੁਸੀਂ ਤਾਂ ਨਾਸਤਿਕਤਾਵਾਦ ਵਾਲੇ, ਉਹਨੂੰ ਤਾਂ ਕਹਿੰਦੇ ਹੋ ਪਖੰਡ। ਹੁਣ ਇਹ ਤਾਂ ਕਹਿੰਦੇ ਆ ਕਿ ਸਾਡੇ 'ਚ ਵੰਡ ਨਾ ਕਰੋ। ਮੈਂ ਕਿਹਾ ਜਦ ਅਸੀਂ ਜਦ ਗੱਲ ਕਰਦੇ ਹਾਂ ਵੀ ਜਿਹੜੀ ਸਪਿਰਿਟ ਹੈ ਉਹ ਡਾਇਮੈਂਸ਼ਨਸ 'ਤੇ ਕੰਮ ਕਰਦੀ ਹੈ, ਲਿਟਰੇਚਰ, ਫਿਕਸ਼ਨ, ਅਤੇ ਫਿਕਸ਼ਨ ਤੋਂ ਬਾਅਦ ਜਿਹੜਾ ਇੱਕ ਜਿਹਨੂੰ ਅਸੀਂ ਦੰਤ ਕਥਾਵਾਂ ਕਹਿੰਦੇ ਆਏ ਹਾਂ ਉਹ ਵੀ ਫਿਕਸ਼ਨ ਨਹੀਂ ਹੈ। ਦੰਤ ਕਥਾਵਾਂ ਦਾ ਫਿਕਸ਼ਨ ਨਾਲ ਵੀ ਲੈਣਾ ਦੇਣਾ ਨਹੀਂ ਹੈ। ਉਸ ਲੋਕਧਾਰਾ ਨੂੰ ਜੇ ਤੁਸੀਂ ਸਮਝਣਾ ਹੋਵੇ ਉਹਨੂੰ ਤੁਸੀਂ ਹੋਰ ਤਰੀਕੇ ਨਾਲ ਸਮਝੋਗੇ, ਪਰ ਤੁਸੀਂ ਜਦੋਂ ਸਮਾਜ ਨੂੰ, ਧਰਮ ਨੂੰ ਭੰਡਣਾ ਚਾਹਿਆ, ਉਸ ਸਪਿਰਿਟ ਨੂੰ ਬੇਕਦਰੀ ਵੀ ਕੀਤੀ ਤੁਸੀਂ, ਉਹਦੇ ਉਲਟ ਵੀ ਚੱਲੇ ਹੋ। ਅਤੇ ਜਿਸ ਬੰਦੇ ਦਾ ਤੁਸੀਂ ਸ਼ਾਦੀ ਭਰਦੇ ਹੋ ਵੀ ਅਸੀਂ ਮਾਰਕਸਵਾਦ ਨੂੰ ਮੰਨਦੇ ਹਾਂ, ਉਹ ਮਾਰਕਸ ਆਪਣੀ ਕਿਤਾਬ ਲਿਖਦੇ ਲਿਖਦੇ ਵੀ ਖੁਦ ਉਸੇ ਸਪਿਰਿਟ ਨੂੰ ਮੰਨਦਾ ਸੀਗਾ, ਕਿਤਾਬਾਂ ਦੱਸ ਚੁੱਕੀਆਂ, ਜਾਂ ਤਾਂ ਤੁਸੀਂ ਝੁਠਲਾ ਦਿਓ ਕਿ ਉਹ ਝੂਠ ਹੈ। ਦੂਸਰੀ ਗੱਲ ਇਹ ਕਿ ਜਿਹੜਾ ਫਿਕਸ਼ਨ ਦਾ ਵਰਾਹ ਅਵਤਾਰ ਦੀ ਗੱਲ ਕਰਦਾ ਸੀ ਮੈਂ, ਵੀ ਉਸ ਅਵਤਾਰ ਦੀ ਉਹਨਾਂ ਨੇ ਪੇਸ਼ਕਾਰੀ ਕੀਤੀ ਹੈ, ਪੇਸ਼ਕਾਰੀ ਕਰਨ ਵੇਲੇ ਤਿੰਨ ਚੀਜ਼ਾਂ 'ਤੇ ਗੌਰ ਕਰਨ ਨੂੰ ਇਸ਼ਾਰਾ ਕੀਤਾ ਸੀ ਉਹਨਾਂ ਨੇ। ਇੱਕ, ਜੰਗਲ ਦੇ ਵਸੇਬੇ ਉੱਤੇ ਸਟੇਟ ਦੇ ਕਬਜ਼ੇ ਦੇ ਖਿਲਾਫ ਲੜਾਈ, ਜਿਹੜਾ ਸਾਊਥ ਦਾ ਨਾਰਾ ਜਲ ਜੰਗਲ ਜ਼ਮੀਨ, ਉਹਦੇ ਉੱਤੇ ਸਾਰੀ ਬਾਤ ਉਹਨਾਂ ਦੀ ਗੱਲਬਾਤ ਸੀ। ਹਾਂਜੀ, ਉਹਦੇ ਉੱਤੇ ਜਿਹੜੀ ਸਾਨੂੰ ਸਮਝਣ ਵਾਲੀ ਗੱਲ ਹੈ, ਉਹਦੇ ਨਾਲ ਜ਼ਮੀਨ ਦੀ ਅੱਜ ਸਾਨੂੰ ਬਹੁਤ ਵੱਡੀ ਪਰੇਸ਼ਾਨੀ ਖੜੀ ਹੋ ਰਹੀ ਹੈ। ਜ਼ਮੀਨ ਦੀ ਅੱਜ ਇੱਕ ਇੱਕ ਇੰਚ ਜ਼ਮੀਨ ਵਿਕਾਊ ਹੈ ਦੁਨੀਆ ਭਰ ਦੀ। ਅੱਜ ਅਸੀਂ ਉਸ ਦੁਨੀਆ ਵਿੱਚ ਰਹਿ ਰਹੇ ਹਾਂ ਜਿੱਥੇ ਜ਼ਮੀਨ ਨਹੀਂ ਰਹਿ ਗਈ, ਇੱਕ ਡਾਕੂਮੈਂਟੇਸ਼ਨ ਹੈ, ਫਰਦ ਹੈ ਉਹ ਹਰ ਇੱਕ ਜਗ੍ਹਾ। ਪਹਾੜ ਵੀ ਫਰਦ ਹੈ ਕਿਸੇ ਦੀ, ਕਿਸੇ ਦੀ ਜਗੀਰ ਆ ਉਹ, ਬਾਕੀ ਵੀ। ਅੱਜ ਤੁਸੀਂ ਘਰ ਵੀ ਪਾਉਣਾ ਹੋਵੇ, ਆਰਕੀਟੈਕਚਰ ਤੁਹਾਡਾ ਵੀ ਇਹੋ ਜਿਹਾ ਹੈ ਕਿ ਤੁਸੀਂ ਸਿਰਫ
ਉਹ ਘਰ ਪਾ ਰਹੇ ਹੋ ਜਿਹੜਾ ਘਰ ਸਾਡੇ ਵੇਲੇ ਸਿਰਫ ਬੀਬੀਆਂ ਦੇ ਰਹਿਣ ਦਾ ਘਰ ਹੁੰਦਾ ਸੀ, ਮੂਹਰੇ ਵਿਹੜਾ, ਵਿਹੜੇ ਤੋਂ ਬਾਅਦ ਦਾ ਸਟਰਕਚਰ ਹਵੇਲੀ ਦਾ, ਭਾਵੇਂ ਬੈਠਕ ਹੋਵੇ, ਸੌਂਤਰਾ ਹੋਵੇ, ਦੋ ਕਮਰੇ ਉੱਥੇ। ਬੰਦੇ ਜ਼ਿਆਦਾਤਰ ਬਾਹਰ ਪੈਂਦੇ ਸੀ, ਉਹ ਬੀਬੀਆਂ ਦੀ ਪਿੱਛੇ ਇੱਕ ਦੁਨੀਆ ਹੁੰਦੀ ਸੀ, ਉਹ ਸੰਸਾਰ ਹੁੰਦਾ ਸੀ। ਜਿਹੜਾ ਫੈਮਿਨਿਜ਼ਮ ਅੱਜ ਕਹਿ ਰਿਹਾ ਕਿ ਔਰਤਾਂ ਦਾ ਉਦੋਂ ਸ਼ੋਸ਼ਣ ਹੁੰਦਾ ਸੀ, ਉਹ ਉਸ ਸਟਰਕਚਰ ਨੂੰ ਤੋੜਨ ਦੇ ਲਈ ਇੱਕ ਨੈਰੇਟਿਵ ਹੈ, ਹੋਰ ਕੁਛ ਨਹੀਂ ਹੈ। ਮੈਂ ਤਿੰਨ ਸਵਾਲ ਪੁੱਛਦਾ ਹੁੰਦਾ, ਉਹ ਤਿੰਨ ਸਵਾਲ ਉਦੋਂ ਵੀ ਸੀ ਅਤੇ ਅੱਜ ਵੀ ਹੈ। ਉਹ ਸਵਾਲਾਂ ਨੂੰ, ਉਹ ਸਵਾਲ ਆਉਂਦੇ ਸਾਰ ਹੀ ਜ਼ਿਕਰ ਤੁਸੀਂ ਸਿੱਖਿਆ 'ਤੇ ਲੈ ਆਇਓ ਕਿ ਮਾਂ ਦਾ ਰੋਲ ਕੀ ਹੈ। ਪਹਿਲਾ ਸਵਾਲ ਹੈ ਸੰਗੀਤ। ਸੰਗੀਤ ਦੀ ਸਿਰਜਣਾ ਜਿੰਨੀ ਮੈਂ ਸੁਣੀ ਹੈ ਉਹ ਔਰਤ ਦੇ ਕੋਲੋਂ, ਜੇ ਸਰਸਵਤੀ ਤੋਂ ਵੀ ਰੈਫਰੈਂਸ ਦੇ ਦਈਏ ਇਹਨਾਂ ਦੀ, ਠੀਕ ਹੈ, ਸ਼ਾਸਤਰੀ ਸੰਗੀਤ ਦਾ ਬੇਸ। ਅੱਜ ਸਾਡੇ 'ਚ ਬੀਬੀਆਂ ਸ਼ਾਸਤਰੀ ਸੰਗੀਤ ਵੱਲ ਬਹੁਤ ਘੱਟ ਨੇ, ਗੁਰਬਾਣੀ ਸੰਗੀਤ ਵੱਲ ਆਉਣਾ ਤਾਂ ਬਹੁਤ ਦੂਰ ਦੀ ਗੱਲ। ਜੇ ਆਉਂਦੀਆਂ ਪਸੰਦ ਕਰਦੇ ਜ਼ਿਆਦਾਤਰ, ਹਿਪ ਹੋਪ ਤਾਂ ਬਹੁਤ ਬਾਅਦ ਦੀ ਗੱਲ ਹੈ, ਉਹ ਤਾਂ ਪਰਲੇ ਪਾਰ ਦੀ ਗੱਲ ਹੋ ਗਈ। ਜੇ ਅਸੀਂ ਘਰ ਵੀ ਬੈਠੇ ਹਾਂ ਜਿਹੜੇ ਚੰਗੇ ਇਸ ਗੱਲ ਨੂੰ ਸਹੀ ਵੀ ਮੰਨਦੇ ਆ, ਉਹ ਸਰੋਤੇ ਆ। ਇੱਥੇ ਯੂਨੀਵਰਸਿਟੀ ਦੇ ਵਿੱਚ ਤਾਂ ਕਈ ਬੱਚੇ ਦੇਖੇ ਆ, ਚੰਗੇ ਭਲੇ ਘਰਾਂ ਦੇ ਬੱਚੇ, ਉਹ ਕੋਰੀਅਨ ਚੱਲੇ ਆ, BTS। ਹਾਂਜੀ ਹਾਂਜੀ, ਉਹ ਮੈਂ ਸੁਣਿਆ ਤਾਂ ਨਹੀਂ ਪਰ ਮੈਂ ਉਹ ਫੋਟੋ ਵੇਖੀ, ਉਹ 20-25 ਜਣਿਆਂ ਦਾ ਗਰੁੱਪ ਹੁੰਦਾ, ਕਾਲੇ ਕੱਪੜੇ ਪਾਏ ਹੁੰਦੇ ਆ ਉਹਨਾਂ ਨੇ, ਪੈਂਟ ਕੋਟ ਕੱਪੜੇ, ਤੁਸੀਂ ਕੁੜਤੇ ਪਜਾਮੇ ਪਾਏ ਆ, ਚਲੋ ਹਾਂਜੀ, ਉਹਨਾਂ ਪੈਂਟ ਕੋਟ ਪਾਏ ਹੁੰਦੇ, ਉਹ ਪਤਾ ਨਹੀਂ ਕੀ ਗਾਉਂਦੇ ਆ। ਇੱਕ ਕੁੜੀਆਂ ਦਾ ਵੀ ਗਰੁੱਪ ਹੈ, ਉਹ ਵੀ ਕੋਰੀਅਨ ਹੈ, ਅਤੇ ਸਾਡੇ ਰਿਸ਼ਤੇਦਾਰਾਂ ਦਾ ਵਿਆਹ ਸੀ ਰੋਪੜ, ਮੈਂ ਉੱਥੇ ਗਿਆ ਅਤੇ ਛੋਟੇ ਛੋਟੇ ਬੱਚੇ, ਉਹ 7-7 ਸਾਲ ਦੇ, ਹਾਂਜੀ, ਉਹਨੇ ਕਿਹਾ ਪਤਾ ਨਹੀਂ ਕੀ ਪਿੰਕ ਗਰੁੱਪ ਕੇ ਕਿਹੜਾ ਗਰੁੱਪ, ਉਹਨੂੰ ਸੁਣਦੇ। ਮੈਂ ਕਿਹਾ ਉਹ ਕੀ ਹੁੰਦਾ, ਉਹ ਕਹਿੰਦੇ ਉਹ ਕੋਰੀਅਨ। ਮੈਂ ਕੋਰੀਅਨ ਤਾਂ ਮੈਂ ਇੱਕ BTS ਸੁਣੇ, ਕਹਿੰਦੇ ਨਹੀਂ ਉਹ ਮੁੰਡਿਆਂ ਦਾ ਗਰੁੱਪ ਹੈ, ਕੁੜੀਆਂ ਦਾ ਗਰੁੱਪ ਹੈ। ਮੈਂ ਕਿਹਾ ਅੰਤਰ ਤਾਂ ਕੋਈ ਲੱਗਾ ਨਹੀਂ, ਇੱਕੋ ਜਿਹੇ ਲੱਗੇ ਦੋਵੇਂ। ਤੁਸੀਂ ਇਹ ਦੇਖੋ ਵੀ ਜਿਹੜੀ ਉਮਰ ਦੇ ਵਿੱਚ ਸਾਨੂੰ ਸਿਰਫ ਇੰਨਾ ਪਤਾ ਸੀ ਵੀ ਸਕੂਲ ਤੋਂ ਬਾਅਦ ਗੁਰਦੁਆਰੇ ਜਾਣਾ, ਹਾਂਜੀ, ਸਾਡੀ ਮਾਤਾ ਨੇ ਇਹੀ ਕਹਿਣਾ ਵੀ ਹੁਣ ਪੁੱਤ ਟਾਈਮ ਹੋ ਗਿਆ ਗੁਰਦੁਆਰੇ ਜਾਓ, ਕਲਾਸ ਲਾ ਕੇ ਆਓ, ਹਾਂਜੀ, ਘਰ ਆਉਣਾ, ਆ ਕੇ ਅਸੀਂ ਚੁੱਲ੍ਹੇ 'ਤੇ ਬਹਿ ਕੇ ਪ੍ਰਸ਼ਾਦਾ ਪਾਣੀ ਛਕਣਾ ਅਤੇ ਉਦੋਂ ਗੱਲਾਂ ਬਾਤਾਂ ਸੁਣਨੀ ਆ, ਹਾਂਜੀ ਹਾਂਜੀ, ਅਤੇ ਆਪਣੇ ਦਾਦੇ ਕੋਲ ਬਹਿ ਜਾਣਾ ਜਾਂ ਫਾਦਰ ਕੋਲ ਬਹਿ ਜਾਣਾ ਅਤੇ ਸੌਂ ਜਾਣਾ। ਹੁਣ ਜਵਾਕ ਆਪਣੀ ਮਾਂ ਦੇ ਕੋਲ ਰਹਿੰਦੇ ਨਹੀਂ, ਉਹ ਉਹਨਾਂ ਦੀ ਮਾਂ ਮੋਬਾਈਲ ਬਣਿਆ ਹੋਇਆ, ਉਹ ਵੀ ਰਹਿ ਉਹ ਦੂਸਰੇ ਨਾ ਵਿਸ਼ੇ 'ਚ ਆ ਜਾਣ ਗੱਲ। ਦੂਸਰਾ ਵਿਸ਼ਾ ਹੈ ਰਸੋਈ। ਰਸੋਈ ਮੂਲ ਰੂਪ ਵਿੱਚ ਵੈਦ ਘਰ ਹੈ ਸਾਡੇ ਲਈ, ਬਿਲਕੁਲ। ਅਸੀਂ ਜੋ ਭੋਜਨ ਖਾਂਦੇ ਹਾਂ, ਪਹਿਲੀ ਗੱਲ ਅਸੀਂ ਭੋਜਨ ਨਹੀਂ ਖਾਂਦੇ, ਸਾਨੂੰ ਆ ਸਮਝ ਲੈਣਾ ਚਾਹੀਦਾ ਅਸੀਂ ਖੁਰਾਕ ਖਾਂਦੇ ਹਾਂ। ਅੱਜ ਦਾ ਸਮਾਂ ਮਾਰਕੀਟਿੰਗ ਦਾ ਹੈ, ਸਾਡੇ ਘਰ ਦੇ ਵਿੱਚ ਦੁਨੀਆ ਦੇ ਵੱਖ ਵੱਖ ਖਿੱਤਿਆਂ ਦੀ ਚੀਜ਼ਾਂ ਆ ਰਹੀਆਂ। ਉਹ ਸਮਾਂ ਲਾਓ ਜਦੋਂ ਮਾਰਕੀਟਿੰਗ ਹੈ ਨਹੀਂ ਸੀ, ਤਾਂ ਜਿਹੜੇ ਜਿਹੜੇ ਇਲਾਕੇ ਦੀ ਜੋ ਜੋ ਸਬਜ਼ੀ ਸਾਧਨ ਹੋਊਗਾ, ਸਾਰੀ ਸਾਰੀ ਜ਼ਿੰਦਗੀ ਉਹੀ ਖਾਂਦੇ ਹੋਣੇ ਆ, ਜਦ ਤੱਕ ਬਾਹਰ ਅੰਦਰ ਨਾ ਜਾ ਕੇ ਆਏ ਹੋਣ, ਬਿਲਕੁਲ। ਅਤੇ ਉਹਨਾਂ ਦਾ ਰੁਜ਼ਗਾਰ ਤਾਂ ਕੀ ਕਿਵੇਂ ਚੱਲਦਾ ਹੋਊਗਾ, ਉਹ ਉਹੀ ਚੀਜ਼ ਖਾ ਕੇ ਹੀ ਉਹਨਾਂ ਦੀ ਸਰੀਰਕ ਸਿਹਤ ਵੀ, ਉਹਨਾਂ ਦੀ ਮਾਨਸਿਕ ਸਿਹਤ ਵੀ ਉਹਦੇ 'ਚ ਵੱਸਦੀ ਨਹੀਂ। ਅੱਜ ਕਹਿ ਦਿੰਦੇ ਆ ਵੀ 4 ਦਿਨ ਸਾਗ ਬਣੇ, ਵੀ ਮਨ ਅੱਕ ਗਿਆ, ਸਾਗ ਨਹੀਂ ਖਾਣਾ। ਕਿਉਂ? ਕਿਉਂਕਿ ਤੁਹਾਡੇ ਕੋਲ ਅੱਜ ਹਰ ਤਰ੍ਹਾਂ ਦੀ ਸਾਧਨ ਮਾਰਕੀਟਿੰਗ ਰਾਹੀਂ ਹੈਗੇ ਆ। ਸਾਗ ਨੂੰ ਮਜ਼ਾਕ ਬਣਾਤਾ, ਕਿਸੇ ਵੇਲੇ ਸਾਗ ਦਾ ਅਰਥ ਹੀ ਸਬਜ਼ੀ ਹੁੰਦਾ ਸੀ, ਨਾ ਕਿ ਉਹ ਪਾਰਟੀਕੁਲਰ ਖਾਲੀ। ਖਿਚੜੀ, ਅੱਜ ਖਿਚੜੀ ਇਕੱਲੀ ਚੌਲਾਂ ਅਤੇ ਮਸਰਾਂ ਦੀ ਦਾਲ ਦੀ ਹੈ। ਕਿਸੇ ਵੇਲੇ ਦਰਬਾਰ ਸਾਹਿਬ ਦਾ ਕਹਿੰਦੇ ਲੰਗਰ ਵੀ ਖਿਚੜਾ ਬਣਦਾ ਸੀ, ਪੁਰਾਣਾ ਬਣਦਾ ਹੈ ਨਾ। ਜਾਂ ਗੁਰੂ ਅਮਰਦਾਸ ਮਹਾਰਾਜ ਦੀ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਕਈ ਥਾਵਾਂ ਮਿਲਦਾ ਕਿ ਮਹਾਰਾਜ ਨੂੰ ਖਿਚੜਾ ਪਸੰਦ ਸੀ। ਹਾਂਜੀ, ਖਿਚੜਾ ਪਸੰਦ ਸੀ,
ਖੁਰਾਕ ਦੇ ਵਿੱਚ ਆ, ਪਹਿਲਵਾਨਾਂ ਦੀ ਖੁਰਾਕ ਖਿਚੜਾ ਰਹੀ ਆ ਜੀ, ਖਿਚੜਾ, ਫਿਰ ਦੂਜਾ ਦਲੀਆ ਜਿਹਨੂੰ ਕਹਿੰਦੇ ਆ, ਅੱਜ ਦਲੀਆ ਕਣਕ ਦੇ ਬਿਲਕੁਲ ਬਰੀਕ ਉਹਨੂੰ ਕਹਿੰਦੇ ਹਾਂ ਅਸੀਂ, ਉਦੋਂ ਦਲੀਆ ਬਾਕੀ ਵੀ ਦਾਲਾਂ ਦੇ ਵਰਤੋਂ ਨਾਲ ਬਣਦਾ ਸੀ, ਪਿੰਨੀਆਂ ਜਿਹਨੂੰ ਪੰਜੀਰੀ ਆਦਿ ਬਣਾਉਣੀ ਕਹਿੰਦੇ ਹਾਂ, ਚੂਰੀ, ਇਸ ਤੋਂ ਭਾਵ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਮਿਕਸ ਕਰਕੇ ਖਾਣ ਦੀ ਇੱਕ, ਜੇ ਅਸੀਂ ਵੈਸਟ ਦੀ ਵੀ ਗੱਲ ਕਰੀਏ, ਵੈਸਟ ਵਿੱਚ ਵੀ ਮੀਟ ਆ ਕੱਚਾ, ਪੁਰਾਣੇ ਦੀ ਗੱਲ ਕਰਦੇ ਹਾਂ, ਥੋੜ੍ਹਾ ਪਾਉਂਦੇ ਆ, ਅੱਜ ਨਵੇਂ ਸਿਰੇ ਤੋਂ ਹੁਣ ਜਦੋਂ ਸਿਹਤ ਸਮੱਸਿਆਵਾਂ ਆ ਗਈਆਂ, ਹੁਣ ਡਾਕਟਰ ਕਹਿੰਦੇ ਹੁੰਦੇ ਆ ਵੀ ਲੋ ਹਲਕੇ ਸੇਕ 'ਤੇ ਪਕਾਈਆਂ ਹੋਈਆਂ ਸਬਜ਼ੀਆਂ ਖਾਓ ਜ਼ਿਆਦਾ, ਵੀ ਉਹ 'ਚ ਤੱਤ ਹੁੰਦੇ ਆ, ਵੀ ਹੁਣ ਜੇ ਤੁਹਾਨੂੰ ਇਹ ਗੱਲ ਸਮਝਾਉਣੀ ਪਈ ਹੈ, ਇਹਦਾ ਮਤਲਬ ਵਿੱਚ ਤੁਸੀਂ ਮਸਾਲਿਆਂ ਦਾ ਜਿਹੜੇ ਤੋਂ ਵੱਡੀ ਪੱਧਰ 'ਤੇ ਕਰ ਲਈ ਹੈ, ਮਸਾਲਿਆਂ ਦੀ ਦੁਰਵਰਤੋਂ ਕਰ ਲਈ, ਔਰ ਉਹ ਮਸਾਲੇ ਸਾਰੇ ਇੱਕ ਇੱਕ ਮਸਾਲਾ ਜਿਹੜਾ ਆਪਣੇ ਆਪ ਵਿੱਚ ਦਵਾਈ ਹੈ, ਕਿਉਂਕਿ ਤੁਸੀਂ ਐਲੋਪੈਥੀ 'ਤੇ ਆ ਗਏ। ਵੈਸਟ ਵਾਲੇ ਤਾਂ ਇੰਨੇ ਮਸਾਲੇ ਵਰਤਦੇ ਨਹੀਂ ਜਿੰਨੇ ਮਸਾਲੇ ਮਤਲਬ ਸਾਡੇ ਘਰਾਂ 'ਚ ਵਰਤੇ ਜਾਂਦੇ ਆ, ਔਰ ਉਹ ਵਰਤਣ ਦੀ ਵਜ੍ਹਾ ਇਹੀ ਆਈ ਕਿ ਜਿੰਨੀ ਤੁਸੀਂ ਆਪਣੀ ਆਯੁਰਵੇਦ ਸੀਗਾ ਉਹਨੂੰ ਤੁਸੀਂ ਬੇਗਾਨਾ ਕਹਿਤਾ। ਹੁਣ ਵੀ ਜੇ ਕਿਸੇ ਨਾਲ ਅਸੀਂ ਗੱਲ ਕਰੀਏ ਨਾ ਆਯੁਰਵੇਦ ਦੀ, ਤਾਂ ਕਹਿਣਗੇ ਵੀ ਇਹ ਤਾਂ ਹਿੰਦੂਆਂ ਦਾ, ਮੈਂ ਇਹ ਚੀਜ਼ਾਂ ਧਰਮ ਨਾਲ ਨਹੀਂ, ਬੜੀ ਹੈਰਾਨੀ ਵਾਲੀ ਗੱਲ ਆ ਕਿ ਮੈਂ ਕਿਹਾ ਗੁਰੂ ਗ੍ਰੰਥ ਅਸੀਂ ਨਾ ਕੁਝ ਚੀਜ਼ਾਂ ਰਜਿਸਟਰੀ ਕਰਦੇ ਹਾਂ ਹਿੰਦੂਆਂ ਨੂੰ, ਗੁਰੂ ਸੂਰਜ, ਬਜ਼ੁਰਗਾਂ ਦੀ ਗੱਲ ਚੱਲ ਦੱਸਦਾ, ਚੰਦਰਮਾ, ਤੁਹਾਡੀ ਗੱਲ ਦਾ ਇਸੇ ਗੱਲ ਦਾ ਜਵਾਬ ਆ। ਉਹ ਕਹਿੰਦੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਮੂਲ ਸਾਡੀ ਸੰਰਚਨਾ ਢਾਂਚਾ ਹੈ, ਉਹ ਕਹਿੰਦੇ ਉਹਦੇ 'ਚ ਕਿਤਾਬ ਘਰ ਸੀ, ਇੱਕ ਇੱਕ ਗ੍ਰੰਥ 'ਤੇ ਮੂਲ ਸਰੋਤ ਪਏ ਸੀਗੇ, ਜੇ ਈਵਨ ਮੀਣਾ ਜਿਹਨਾਂ ਨੂੰ ਮੀਣੇ ਕਹਿੰਦੇ ਹਾਂ ਆਪਾਂ, ਉਹ ਵੀ ਗ੍ਰੰਥ ਰਚਨਾਵਾਂ ਤਾਂ ਕਰ ਸਕੇ ਨਾ ਜੇ ਉਹਨਾਂ ਕੋਲ ਗੁਰੂ ਪਾਤਸ਼ਾਹ ਵੱਲੋਂ ਬਖਸ਼ੀਆਂ ਸਾਰੀਆਂ ਬੀੜਾਂ 'ਤੇ ਸੰਰਚਨਾਵਾਂ ਪਈਆਂ ਸੀ, ਕਿਉਂਕਿ ਸਾਡੇ ਜੇ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਜੁੜੀਏ ਤਾਂ ਲਿਪੀ ਸਾਡੇ ਕੋਲ ਗੁਰਮੁਖੀ ਤਾਂ ਆਈ ਆ ਜੋ ਪੜ੍ਹਾਈ ਵੱਲ ਗੌਰ ਕਰ ਰਹੇ ਆ, ਉਹ ਕਿਸੇ ਭਵਿੱਖ ਦੀ ਰਚਨਾ ਨੂੰ ਦੇਣ ਵਾਸਤੇ ਕਰ ਰਹੇ ਨਾ, ਭਵਿੱਖ 'ਚ ਕੋਈ ਰਣਨੀਤੀ ਦੇ ਰਹੇ ਆ। ਇਹ ਦੂਸਰਾ ਵਿਸ਼ਾ ਹੋ ਗਿਆ ਔਰਤਾਂ ਦਾ ਰਸੋਈ ਜਿਹੜੀ ਖੋਹ ਲਈ, ਤੀਸਰਾ ਵਿਸ਼ਾ ਹੈ ਕਿਰਸਾਨੀ ਅਤੇ ਕੱਪੜਾ ਬੁਣਨਾ ਸਾਰਾ, ਜਿਹਨੂੰ ਅੱਜ ਇੰਡਸਟਰੀ ਨੇ ਅਡੋਪਟ ਕੀਤਾ। ਉਹ ਕੌਣ ਬਣਾਉਂਦਾ ਸੀ, ਬੰਦਿਆਂ ਦਾ ਕੰਮ ਤਾਂ ਇੰਨਾ ਹੈ ਨਹੀਂ ਸੀ ਕੱਪੜਾ ਬੁਣਨਾ, ਬੀਬੀਆਂ ਬਣਾਉਂਦੀਆਂ ਸੀ, ਬੀਬੀਆਂ ਜਿੰਨਾ ਵੀ ਕੱਪੜੇ ਦਾ, ਹੁਣ ਜੇ ਕੱਪੜੇ ਦਾ ਕਹੋਗੇ ਤਾਂ ਸ਼ਿੰਗਾਰ ਵੀ ਵਿੱਚੇ ਆ ਜਾਣਾ, ਘਰ ਦਾ ਸ਼ਿੰਗਾਰ ਵੀ ਵਿੱਚੇ ਆ ਜਾਣਾ, ਉਹਨਾਂ ਸਮਿਆਂ 'ਚ ਕਿ ਗੋਹੇ ਲਿਪਣੇ, ਘਰ ਲਿਪਣੇ, ਘਰਾਂ ਨੂੰ ਸ਼ਿੰਗਾਰਨ ਵਾਲੇ ਕੌਣ, ਬੀਬੀਆਂ ਸੀ, ਬੀਬੀਆਂ। ਅਤੇ ਹੁਣ ਬੀਬੀਆਂ ਕੋਲੋਂ ਜਿਹੜਾ ਇੰਨਾ ਵੱਡਾ ਸੈਕਟਰ ਖੋਲਿਆ, ਉਹ ਬੀਬੀਆਂ ਡਿਪਰੈਸ ਵੀ ਹੋਣਗੀਆਂ, ਉਹ ਬੀਬੀਆਂ ਨੂੰ ਬਾਹਰਲੇ ਤਨ ਦੇ ਰੂਪ 'ਚ ਵੀ ਭੋਗਣਗੇ, ਉਹਨਾਂ ਨੂੰ ਤਨ ਦੇ ਰੂਪ 'ਚ ਡੀਮੋਰਲਾਈਜ਼ ਵੀ ਕੀਤਾ ਜਾਊਗਾ। ਜਿਹੜੀ ਅੱਜ ਅਸੀਂ ਜਿਨੋਸਾਈਡ ਦੀ ਗੱਲ ਕਰਦੇ ਹਾਂ ਜਾਂ ਜਿਨੋਸਾਈਡ ਤੋਂ ਬਾਅਦ ਉੱਠਦੇ ਟਰੋਮੇ ਦੀ, ਮੈਂ ਕਹਿ ਰਿਹਾ ਇਹ ਟਰੋਮਾ ਸਾਨੂੰ ਲਿਟਰੇਚਰ ਦੇ ਰਾਹੀਂ ਪੂਰੇ ਇਤਿਹਾਸ ਦੇ ਬਾਰੇ ਦਿੱਤਾ ਜਾ ਰਿਹਾ। ਫਿਕਸ਼ਨ ਅਤੇ ਅੱਗੇ, ਫਿਕਸ਼ਨ ਤੋਂ ਅੱਗੇ ਜਿਹੜੀ ਸਾਡੀ ਸਮੱਸਿਆ ਖੜ੍ਹ ਗਈ ਹੈ, ਮਤਲਬ ਅਸੀਂ ਤਾਂ ਫਿਕਸ਼ਨ ਅਤੇ ਨੋਨ ਫਿਕਸ਼ਨ 'ਤੇ ਖੜ੍ਹੇ ਹਾਂ, ਸਾਨੂੰ ਜਿਸ ਮੀਡੀਆ ਦਾ ਫਿਲਮ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਆ ਰਿਹਾ ਫੈਂਟੈਸੀ 'ਤੇ। ਫੈਂਟੈਸੀ ਨਿਰੀ ਝੂਠ 'ਤੇ ਖੜ੍ਹੀ ਹੁੰਦੀ ਹੈ, ਕਲਪਨਾ ਤੋਂ ਵੀ ਗਾਹਾਂ ਦੀ ਕਲਪਨਾ, ਇੱਕ ਕਲਪਨਾ ਹੁੰਦੀ ਵੀ ਕਿਸੇ ਜਾਇਜ਼ ਕਲਪਨਾ 'ਤੇ ਖੜ੍ਹੀ। ਉਹਨਾਂ ਨੇ ਕਹਿਣਾ ਨਹੀਂ, ਜਿੱਥੇ ਤੁਹਾਡੀ ਜਾਇਜ਼ ਤਾਂ ਖਤਮ ਹੁੰਦੀ ਆ ਉੱਥੋਂ ਕਲਪਨਾ ਸ਼ੁਰੂ, ਫੈਂਟੈਸੀ, ਉੱਥੇ ਤੁਸੀਂ ਕਿਵੇਂ ਜੂਝੋਗੇ ਜੇ ਤੁਹਾਡਾ ਫਿਕਸ਼ਨ 'ਤੇ ਕੰਮ ਮਜ਼ਬੂਤ ਨਾ ਹੋਇਆ। ਸਾਡੇ ਕੋਲ ਸਮੱਸਿਆ ਹੁਣ ਇਹ ਆ ਗਈ, ਜਦੋਂ ਫਿਕਸ਼ਨ ਵੀ ਸਾਡੇ ਪੰਜਾਬੀ ਸਾਹਿਤ 'ਚ ਲਿਖਿਆ ਗਿਆ, ਉਹ ਇਸ ਚੀਜ਼ ਨੂੰ ਗੌਰ ਕਰਕੇ ਲਿਖਿਆ ਗਿਆ ਹੈ ਕਿ ਅਸੀਂ ਕੋਈ ਆਪਣੇ ਵਿਚਾਰ ਨੂੰ ਪ੍ਰੋੜਤਾ ਦੇਣੀ ਹੈ, ਸਿਰਫ ਉਹ ਮਾਰਕੀਟਿੰਗ ਦਾ ਹੀ ਦੂਜਾ ਹਿੱਸਾ ਹੋ ਗਿਆ ਵੀ ਤੁਹਾਨੂੰ ਇਹ ਚੀਜ਼ ਚੰਗੀ ਲੱਗਦੀ ਹੈ
ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗੱਲ ਮੰਨੀ ਜਾਵੇ, ਉਹਨੂੰ ਉਵੇਂ ਹੀ ਪੇਸ਼ ਕਰ ਦਿਓ। ਜਿੱਥੇ ਤੁਹਾਡੀ ਅਸਹਿਮਤੀ ਆ, ਤੁਸੀਂ ਕਹਿ ਦੋਗੇ ਕਿ ਨਹੀਂ ਇਹ ਫਿਕਸ਼ਨ ਹੀ ਨਹੀਂ ਹੁੰਦਾ। ਹੁਣ ਉਹਦੇ 'ਚ ਜਿਹੜਾ ਤੁਹਾਡੇ ਮੂਹਰੇ ਪਰੇਸ਼ਾਨੀ ਐਜੂਕੇਸ਼ਨ ਦੀ ਆਈ, ਐਜੂਕੇਸ਼ਨ ਨੇ ਦੋਵੇਂ ਗੱਲਾਂ ਰਲਾਤੀਆਂ। ਐਜੂਕੇਸ਼ਨ ਪੋਲਿਸੀ ਹੁਣ ਦੀ ਗੱਲ ਕਰ ਰਹੇ ਹਾਂ ਜਿਹੜੀ ਪਿਛਲੇ 150 ਸਾਲ ਦੀ ਚੱਲ ਰਹੀ ਹੈ, ਉਹਨੇ ਤੁਹਾਨੂੰ ਉਹੀ ਸਬਜੈਕਟ ਇਕੱਠੇ ਕਰਕੇ ਫੜਾ ਦਿੱਤੇ, ਉਹਨੂੰ ਉਹਦੇ ਦੁਆਲੇ ਆਲੋਚਨਾਤਮਕ ਅਧਿਐਨ, ਵਿਆਖਿਆ, ਸਾਰਾ ਕੁਛ। ਉਹ ਕੀ ਹੈ? ਉਹ ਤੁਹਾਡੀ ਬੌਧਿਕ ਕਸਰਤ ਦੇ ਨਾਲ ਬੌਧਿਕ ਘਸਾਈ ਹੈ। ਥੱਕ ਜਾਂਦੇ ਹੋ ਤੁਸੀਂ। ਮਨੁੱਖ ਵੀ ਤਾਂ ਕਾਰਲ ਮਾਰਕਸ ਦਾ ਦਿੱਤਾ ਹੋਇਆ ਨਾ, ਥੀਸਿਸ ਐਂਟੀ ਥੀਸਿਸ ਦੇ ਬਾਅਦ ਸਿੰਥੀਸਿਸ, ਵੀ ਇੱਕ ਨੇ ਗੱਲ ਕਹਿਤੀ ਹੈ, ਹੁਣ ਤੂੰ ਦਲੀਲਾਂ ਲਿਆ ਕੇ ਉਹਨੂੰ ਕੱਟ, ਫਿਰ ਦੂਜਾ ਤੁਹਾਡੀਆਂ ਇਕੱਠੀਆਂ ਕਰਦੇ, ਵੀ ਚਵਲ ਅਤੇ ਚਵਲ ਮਾਰਨ ਵਾਲੀ ਗੱਲ ਹੋ ਗਈ। ਪੀ ਐੱਚ ਡੀ ਦਾ ਨਾਮ ਹੈਗਾ ਵੀ ਡਾਕਟਰਿਨ ਆਫ ਫਿਲੋਸਫੀ ਕਿਹਾ ਜਾਂਦਾ, ਅਤੇ ਪੀ ਐੱਚ ਡੀ ਕਰਨ ਵਾਲਾ ਹਰ ਉਹ ਬੰਦਾ ਜਿਹੜਾ ਖੁਦ ਫਿਲੋਸਫਰ ਹੀ ਹੈ ਨਹੀਂ। ਲਗਭਗ ਬਹੁਤ ਹੀ ਸਮੱਸਿਆ ਇਹ ਆ ਰਹੀ ਹੈ, ਸਮੱਸਿਆ ਇਹ ਆ ਰਹੀ ਹੈ। ਹੁਣ ਪੀ ਐੱਚ ਡੀਆਂ ਦੇ ਤੁਸੀਂ ਵਿਸ਼ੇ ਦੇਖ ਲਓ, ਵਿਸ਼ੇ ਕੀ ਨੇ? ਵਿਸ਼ੇ ਤਾਂ ਹੀ ਨੇ ਗਾਲਾਂ 'ਤੇ ਪੀ ਐੱਚ ਡੀ ਹੋ ਗਈ। ਕਮਾਲ ਦੀ ਗੱਲ ਇਹ ਵੀ, ਜਾਂ ਤਾਂ ਉਹਨੂੰ ਤੁਸੀਂ ਪੀ ਐੱਚ ਡੀ ਨਾ ਕਹੋ, ਫਿਲੋਸਫੀ ਦਾ ਸ਼ਬਦ ਪਰੇ ਰੱਖ ਦਿਉ ਨਾ, ਤੁਸੀਂ ਐਕਸਪਰਟਾਈਜ਼ ਕਰ ਦਿਉ ਵੀ ਮਾਸਟਰਸ ਹੈ। ਮਾਸਟਰਸ ਕਾਫੀ ਹੈ, ਮਾਸਟਰਸ ਕਾਫੀ ਹੈ। ਜੇ ਇਕੱਲੇ ਕਿਸੇ ਗੱਲ ਦੀ ਮੁਹਾਰਤ ਦੀ ਗੱਲ ਕਰਨੀ ਹੈ ਤਾਂ ਮਾਸਟਰਸ ਕਾਫੀ ਹੈ, ਡਾਕਟਰੀਨ ਹੈ, ਡਾਕਟਰੀਨ ਤੋਂ ਬਾਅਦ ਫਿਲੋਸਫੀ ਹੈ, ਅਤੇ ਦੋਵੇਂ ਗੱਲਾਂ। ਹਾਲਾਂਕਿ ਉਹਦੇ 'ਚ ਫਿਲੋਸਫੀ ਸ਼ਬਦ 'ਚ ਵੀ ਉਹਦੀ ਲਿਮਿਟੇਸ਼ਨ ਹੈ, ਉਹ ਵੀ ਆਪਣੇ ਆਪ 'ਚ ਪੂਰੀ ਨਹੀਂ ਹੈ। ਜੇ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ, ਉਹਨੂੰ ਖਾਲੀ ਫਿਲੋਸਫੀ ਕਹਿ ਕੇ ਨਹੀਂ ਸਾਰ ਸਕਦੇ। ਮਤਲਬ ਗੁਰਬਾਣੀ ਉਹ ਹੈ ਪੜ੍ਹਦੇ ਪੜ੍ਹਦੇ ਯਥਾਰਥ ਵੀ ਗੂੰਜਦਾ, ਤੁਹਾਡੇ ਅੰਦਰ ਪੂਰੇ ਦਾ ਪੂਰਾ ਜਲਾਓ ਵੀ ਜਾਗਦਾ, ਅਤੇ ਕਿਰਤ ਤੋਂ ਲੈ ਕੇ ਮਨ ਵਚਨ ਕਰਮ ਦਾ ਇੱਕ ਇੱਕ ਵਾਰੀ ਚਮਕਾਰਾ ਤਾਂ ਜ਼ਰੂਰ ਪੈ ਜਾਂਦਾ। ਉਹ ਤੁਹਾਡੇ ਤਪ 'ਤੇ ਨਿਰਭਰ ਕਰਦਾ ਕਿ ਤੁਸੀਂ ਸੰਭਾਲ ਕਿੰਨਾ ਪਾਉਂਦੇ ਹੋ। ਗੁਰਬਾਣੀ ਦੀ ਇੱਕ ਜਿਹੜਾ ਕਹਿੰਦੇ ਨੇ ਬੇਸਿਕ ਮੈਕੇਨਿਜ਼ਮ ਹੈ ਉਹਦਾ। ਹੁਣ ਇੱਥੇ ਪ੍ਰੋਬਲਮ ਇਹ ਆ ਰਹੀ ਹੈ ਨਾ ਕਿ ਜਿਹੜਾ ਗੁਰਬਾਣੀ ਦੇ ਵਿਚਲੀ ਗੱਲ ਆ, ਹਾਂਜੀ, ਉਹ ਇਨਫੋਰਮੇਸ਼ਨ ਦੇ ਆਧਾਰਿਤ ਨਹੀਂ ਹੈ, ਉਹ ਆ ਗਿਆਨ। ਇਹ ਜਿਹੜੀ ਮੈਂ ਸਮਝਦਾ ਕਿ ਜਿਹੜੀਆਂ ਸਾਨੂੰ ਕਿਤਾਬਾਂ ਦੇ ਵਿੱਚ ਪੜ੍ਹਨ ਨੂੰ ਜੋ ਮਿਲਦਾ, ਜਾਂ ਜਿਹਨੂੰ ਆਪਾਂ ਫਿਲੋਸਫੀ ਇੱਥੇ ਕਹਿ ਦਿੰਦੇ ਹਾਂ, ਹਾਂਜੀ, ਇਹ ਸਿਰਫ ਇਨਫੋਰਮੇਸ਼ਨ ਆ, ਬਿਨਾਂ ਸ਼ੱਕ। ਇਨਫੋਰਮੇਸ਼ਨ ਤੋਂ ਅੱਗੇ ਹੁੰਦੀ ਹੈ ਨੌਲੇਜ, ਨੌਲੇਜ ਤੋਂ ਅੱਗੇ ਆ ਵਿਜ਼ਡਮ। ਹਾਂਜੀ, ਗਿਆਨ ਨੌਲੇਜ ਵੀ ਨਹੀਂ ਕਹਿ ਸਕਦੇ, ਵੀ ਕਿਸੇ ਵਿਸ਼ੇ ਬਾਰੇ ਜਾਣਕਾਰੀ ਜਾਂ ਤਜਰਬਾ ਹੋਣਾ, ਐਕਸਪੀਰੀਅੰਸ ਹੋਣਾ, ਉਹ ਗਿਆਨ ਆ। ਗਿਆਨ ਤਾਂ ਬੜੇ ਪਾਰ ਦੀ ਗੱਲ ਹੈ ਗਿਆਨ, ਅਤੇ ਆਪਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਦੱਸਿਆ, ਫਲਸਫਾ ਸ਼ਬਦ ਬਹੁਤ ਛੋਟਾ ਰਹਿ ਜਾਂਦਾ। ਬਹੁਤ ਛੋਟਾ ਜੀ, ਬਹੁਤ ਛੋਟਾ ਹੈ। ਦੇਖੋ, ਮੈਂ ਇਕੱਲੇ ਬੌਧਿਕ ਸ਼ਬਦ ਦੀ ਗੱਲ ਕਰਾਂ, ਸਾਡੀ ਬੌਧਿਕ ਕਾਬਲੀਅਤ ਦੀ, ਸਾਨੂੰ ਕਈ ਗੱਲਾਂ ਯਾਦ ਨਹੀਂ ਰਹਿੰਦੀਆਂ। ਅਸੀਂ ਕਰ ਰਹੇ ਹਾਂ ਗੱਲਾਂ, ਇੱਕਦਮ ਆਉੜ ਰਹੀ ਹਾਂ, ਮੈਨੂੰ ਫਿਰ ਭੁੱਲ ਜਾਣਗੀਆਂ। ਬਿਲਕੁਲ, ਫਿਲੋਸਫੀ ਵਰਡ ਜਿਹੜਾ, ਉਹਦਾ ਮਤਲਬ ਇਹ ਹੈ ਕਿ ਲਵ ਟੂ ਵਿਜ਼ਡਮ, ਅਸਲ ਮਤਲਬ ਇਹਦਾ ਇਹ ਹੈ। ਹਾਂਜੀ, ਪਰ ਵੈਸਟ ਨੇ ਉਸ ਸ਼ਬਦ ਦੇ ਅਰਥ ਤੱਕ ਵੀ ਨਹੀਂ ਪਹੁੰਚੇ, ਉੱਥੋਂ ਤੱਕ ਪਹੁੰਚੇ ਨਹੀਂ, ਕਿਉਂਕਿ ਉਹਨਾਂ ਨੇ ਜਦੋਂ ਇਹ ਦੇਖਿਆ ਨਹੀਂ, ਉਹਨਾਂ ਦਾ ਉਹਨਾਂ ਨੇ ਤਾਂ ਸੋਲ ਦੇ ਕਨਸੈਪਟ ਤੱਕ ਨਹੀਂ ਪਹੁੰਚੇ। ਉਹ ਫਿਲੋਸਫੀ ਇੱਕ ਰੈਸ਼ਨਲਿਜ਼ਮ ਆ, ਜਿਹਨੂੰ ਆਪਾਂ ਇੱਕ ਟੂਲ ਆ, ਵੀ ਅੱਜ ਦੇ ਸਮੇਂ 'ਚ ਵੈਸਟ ਕਹਿ ਦਿੰਦਾ ਕਿ ਕਿਸੇ ਧਰਮ ਲਈ ਖਤਰਾ ਹੈ ਤਾਂ ਉਹਨੂੰ ਮਾਡਰਨਿਜ਼ਮ ਤੋਂ ਖਤਰਾ ਆ, ਉਹਨੂੰ ਰੈਸ਼ਨੈਲਿਟੀ ਤੋਂ ਖਤਰਾ ਆ। ਫਿਲੋਸਫੀ ਨੂੰ ਰੈਸ਼ਨੈਲਿਟੀ ਬਣਾਤਾ, ਅਤੇ ਰੈਸ਼ਨੈਲਿਟੀ ਦੀ ਵਰਤੋਂ ਕਰਦੇ ਹਾਂ ਵੀ ਅਸੀਂ ਤਾਂ ਬੜੇ ਉਹੋ ਜਿਹੀਆਂ ਗੱਲਾਂ ਕਰਦੇ ਹਾਂ, ਤਰਕ ਵਾਲੀਆਂ ਗੱਲਾਂ ਕਰਦੇ ਹਾਂ। ਉਹੀ ਵਜ੍ਹਾ ਹੋਈ ਨਾ, ਵਿਵੇਕ ਸ਼ਬਦ ਜਿਹੜਾ ਸਾਡੇ ਕੋਲ ਪਹਿਲਾਂ ਹੀ ਇਸ ਗੱਲ ਦੇ ਵਿੱਚ ਮਿਲਾ ਕੇ ਆ ਗਿਆ ਵੀ ਵਿਵੇਕ ਦਾ ਅਰਥ ਹੈ, ਉਹ 'ਚ ਰੈਸ਼ਨੈਲਿਟੀ ਵੀ ਹੈ, ਉਹਦੇ 'ਚ ਵਿਸ਼ਵਾਸ ਵੀ ਹੈ। ਭਾਰਤ ਦੇ ਵਿੱਚ ਫਿਲੋਸਫੀ ਨੂੰ ਕਹਿੰਦੇ ਦਰਸ਼ਨ, ਅਤੇ ਦਰਸ਼ਨ ਦੀ ਪਰਿਭਾਸ਼ਾ ਹੈ ਦ੍ਰਿਸ਼ ਅਤੇ ਇਤੀ ਦਰਸ਼ਨ ਜੀ।
ਕਿ ਵਾਪਰ ਰਹੇ ਦ੍ਰਿਸ਼ ਦੀ ਜਾਣਕਾਰੀ ਜਾਂ ਉਹਨੂੰ ਸਮਝਾਉਣਾ ਉਹਦੇ ਪਿੱਛੇ ਕਾਰਨ ਕੀ ਨੇ ਉਹੀ ਦਰਸ਼ਨ। ਹਾਂਜੀ, ਅਤੇ ਇਹ ਵੀ ਗੁਰਮਤ ਦੇ ਗਿਆਨ ਦੇ ਸਾਹਮਣੇ ਕਿਤੇ ਵਾਉਣਾ। ਅਤੇ ਜਦੋਂ ਇਹ ਤਿੰਨ ਖੇਤਰ ਔਰਤਾਂ ਤੋਂ ਗਏ, ਫਿਰ ਤੁਹਾਡੇ ਅੱਗੇ ਤੁਹਾਡੇ ਬੱਚਿਆਂ ਅੱਗੇ ਸਿੱਖਿਆ ਦਾ ਸਰੋਤ ਉਹ ਜਿਹੜਾ ਬਾਹਰ, ਫਿਰ ਉੱਥੇ ਆ ਕੇ ਜਿਹੜਾ ਗੁਰੂ ਉਸ ਵੇਲੇ ਜਿਹੜੀ ਉਹ ਪਰੰਪਰਾਵਾਂ ਨਾ ਜਿਹਨੂੰ ਅੱਜ ਧਰਮ ਕਹਿ ਦਿੰਦੇ ਹਾਂ, ਉਸ ਵੇਲੇ ਗੁਰੂ ਸ਼ਿਸ਼ ਪਰੰਪਰਾ, ਉਹ ਪਰੰਪਰਾ ਸੀ। ਉਹ ਗੁਰੂ ਦੇ ਕੋਲ ਜਾਣ ਤੱਕ ਦੀ ਪਰੰਪਰਾ ਵੀ ਮਾਂ ਸਿਖਾਉਂਦੀ ਸੀ, ਮਾਂ ਸਿਖਾਉਂਦੀ ਸੀ ਜਿਹੜੀਆਂ ਚੀਜ਼ਾਂ ਗੁਰੂ ਨੂੰ ਸਿਖਾਉਣੀਆਂ ਪੈਂਦੀਆਂ। ਉਹ ਤਾਂ ਘਰੇ ਪਰਿਵਾਰ, ਮਾਵਾਂ, ਮਾਸੀਆਂ, ਚਾਚੀਆਂ, ਤਾਈਆਂ, ਪਰਿਵਾਰ ਜਿਹੜਾ ਸੀ ਉਹਦੇ ਵਿੱਚ ਕੀ ਹੁੰਦਾ ਹੈ, ਇੱਕ ਸਾਈਕੋਲੋਜੀਕਲ ਇਕਾਗਰਤਾ ਅੱਜ ਵੀ ਹੈ। ਜੇ ਤੁਹਾਡੇ ਕੋਲ ਉਹ ਠਰੰਮਾ ਆ ਜਾਵੇ, ਫਿਰ ਤੁਸੀਂ ਕਿਸੇ ਨੂੰ ਸੁਣ ਵੀ ਸਕਦੇ ਹੋ, ਕਿਸੇ ਦੀ ਵਿਰੋਧੀ ਗੱਲ ਨੂੰ ਵੀ ਜਰ ਵੀ ਸਕਦੇ ਹੋ। ਪਰ ਜੇ ਤੁਹਾਡੇ ਕੋਲ ਅੰਦਰ ਠਰੰਮਾ ਨਹੀਂ, ਕਿਸੇ ਦੀ ਚੰਗੀ ਗੱਲ ਨੂੰ ਵੀ ਤੁਸੀਂ ਨਹੀਂ ਸੁਣਦੇ, ਝੱਲਦੇ ਵੀ ਨਹੀਂ, ਨਹੀਂ ਚੱਲੀ ਜਾਂਦੀ ਇਹ ਚੀਜ਼। ਹੁਣ ਇਹੀ ਗੱਲ ਫਿਲਮਾਂ ਵਿੱਚ ਆ ਕੇ ਲਾਗੂ ਹੋ ਗਈ। ਹੁਣ ਫਿਲਮਾਂ ਨੇ ਜਦੋਂ ਫਿਕਸ਼ਨ ਕ੍ਰੀਏਟ ਕੀਤੀ, ਜੇ ਹੁਣ ਵਿਜੇ ਦਾ ਮਾਸਟਰ ਫਿਲਮ ਆਈ ਹੈ, ਉਹ ਮੈਨੂੰ ਵੇਖ ਕੇ ਖੁਸ਼ੀ ਹੋਈ। ਉਹ ਬੱਚਿਆਂ ਦੇ ਜਿਹੜੇ ਬਾਲ ਸੁਧਾਰਕ ਕੈਦੀ ਹੁੰਦੇ ਬੱਚੇ, ਮਤਲਬ 18 ਸਾਲ ਤੋਂ ਜੁਵੇਨਾਇਲ ਕੋਰਟ ਜੇਲ੍ਹਾਂ ਜਿਹੜੀਆਂ ਨੇ, ਉੱਥੇ ਜਿਹੜਾ ਕ੍ਰਾਈਮ, ਮਤਲਬ ਕ੍ਰਾਈਮ ਵੱਡੇ ਕਰਦੇ ਆ, ਉਹਨਾਂ ਨੂੰ ਨਸ਼ਾ ਸਪਲਾਈ ਹੁੰਦਾ ਹੈ ਅਤੇ ਉਹਨਾਂ ਨੂੰ ਕਹਿ ਦਿੰਦੇ ਵੀ ਤੁਸੀਂ ਸਰੈਂਡਰ ਹੋ ਜਾਓ, ਪਤਾ ਵੀ ਉਹਨਾਂ ਨੂੰ ਸਜ਼ਾ ਨਹੀਂ ਹੋਣੀ, ਕ੍ਰਾਈਮ ਕਿਸੇ ਵੱਡੇ ਨੇ ਕੀਤਾ ਹੋਣਾ। ਇਹ ਸਬਜੈਕਟ 'ਤੇ ਫਿਲਮ ਬਣਾਉਣਾ ਵੀ ਇੱਕ ਵੱਡੀ ਦਲੇਰੀ ਹੈ। ਸਵਾਲ ਇੱਥੇ ਇਹ ਹੈ ਕਿ ਜਿਹੜੇ ਬੰਦੇ ਦੇਖ ਰਹੇ ਆ ਉਹ ਖਾਲੀ ਵੈਰੀ ਬਿਊਟੀਫੁਲ ਕੰਸੈਪਟ, ਤਾਰੀਫ 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 ਤੋਂ ਬਾਅਦ ਕੀ ਕਰਨਾ ਅਸੀਂ? ਜਿਹੜੀ ਸਿੱਖਿਆ ਸਾਨੂੰ ਉਸ ਕ੍ਰਾਈਮ ਵੱਲ ਹੀ ਧੱਕ ਰਹੀ ਹੈ। ਯੂਨੀਵਰਸਿਟੀ ਅੱਜ ਕ੍ਰਾਈਮ ਦਾ ਬੇਸ ਹੈ। ਇਹ ਸ਼ਬਦ ਮੈਨੂੰ ਬੋਲਣ 'ਤੇ ਕਹਿ ਦੇ ਤੂੰ ਓਫੈਂਸਿਵ ਬੋਲਦਾ, ਕਿਉਂਕਿ ਮੈਂ ਯੂਨੀਵਰਸਿਟੀਆਂ ਦਾ ਬਾਈਕਾਟ ਕੀਤਾ। ਮੈਂ ਕਿਹਾ ਕਿ ਮੈਂ ਯੂਨੀਵਰਸਿਟੀ ਨਹੀਂ ਪੜ੍ਹਨਾ। ਕਹਿੰਦੇ ਤੈਨੂੰ ਯੂਨੀਵਰਸਿਟੀ ਦੀ ਪੜ੍ਹਾਈ ਚੰਗੀ ਨਹੀਂ ਲੱਗਦੀ? ਮੈਂ ਕਿਹਾ ਪੜ੍ਹਾਈ ਚੰਗੀ ਨਹੀਂ ਲੱਗਦੀ ਜਾਂ ਨਹੀਂ ਲੱਗਦੀ ਤਾਂ ਸਵਾਲ ਹੀ ਨਹੀਂ, ਮੈਂ ਕੋਈ ਗਿਆਨਵਾਨ ਥੋੜ੍ਹੀ। ਉਸ ਵੇਲੇ ਦੀ ਗੱਲ ਹੈ ਵੀ ਮੈਂ ਤਾਂ ਪੜ੍ਹਾਂਗਾ ਫਿਰ ਜਾਣਾਗਾ। ਮੇਰਾ ਤਾਂ ਮੁੱਢਲਾ ਸਵਾਲ ਇਹ ਹੈ ਵੀ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਹੈ ਉਹਨੂੰ ਤਾਂ ਸਭ ਤੋਂ ਪਹਿਲੇ ਰੈਗਿੰਗ ਘੇਰਦੀ ਹੈ। ਰੈਗਿੰਗ ਤੋਂ ਬਾਅਦ ਜਿਹੜੀ ਬੇਅਖਲਾਕੀ ਹੈਗੀ ਹੈ ਉਹ ਬੇਅਖਲਾਕੀ ਖਿਲਾਫ਼ ਤਾਂ ਸਾਡੇ ਸੁਰ ਉੱਠਣਗੇ ਹੀ ਉੱਠਣਗੇ। ਤੁਸੀਂ ਜਿਹੜੀ ਮਰਜ਼ੀ ਸਾਨੂੰ ਆਪਣੇ ਸ਼ਾਂਤੀ ਦੇ ਪਾਠ ਪੜ੍ਹਾ ਲਓ, ਜਿਹੜੇ ਮਰਜ਼ੀ ਕਹੋ ਕਿ ਤੁਸੀਂ ਕਾਨੂੰਨ ਦੀ ਪਾਲਣਾ ਕਰਨੀ ਹੈ, ਨਹੀਂ ਹੋਣੀ। ਔਰ ਸਕੂਲ ਕਾਲਜ, ਹੁਣ ਤਾਂ ਸਕੂਲਾਂ ਤੱਕ ਆ ਗਈ ਹੈ ਬੁਰੀ ਹਾਲਤ, ਠੀਕ ਹੈ, ਉਹਦੇ ਖਿਲਾਫ਼ ਲੜਾਈ ਤਾਂ ਹੋਏਗੀ। ਉਹ ਲੜਾਈ ਨੂੰ ਅਗਲੇ ਕਿਵੇਂ ਰੂਪ ਧਾਰ ਕੇ ਬੈਠੇ, ਕਿਉਂਕਿ ਉਹਨਾਂ ਕੋਲ ਸਟਰਕਚਰ ਹੈ, ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਤਾਂ ਗੇਟ ਤੋਂ ਕੈਂਪਸ ਤੱਕ ਵੀ ਨਹੀਂ ਪਹੁੰਚਣ ਦੇਣੀ, ਉਹ ਲੜਾਈ ਉੱਥੋਂ ਹੀ ਬਾਹਰ ਧੱਕ ਦੇਣੀ। ਹੁਣ ਇੱਥੇ ਸਮੱਸਿਆ ਇੱਥੋਂ ਹੈ ਕਿ ਜਿਹੜਾ ਅਧਿਆਪਨ ਸੀ ਨਾ ਉਹ ਕਿੱਤਿਆਂ ਨੂੰ ਜਨਮ ਦਿੰਦਾ, ਖੁਦ ਕਿੱਤਾ ਬਣ ਗਿਆ। ਅਧਿਆਪਨ ਦੇ ਕਿੱਤੇ ਬਣਨ ਦੀ ਤਾਂ ਵਜ੍ਹਾ ਮੈਂ ਪਹਿਲੇ ਗਿਣਾ ਚੁੱਕਾ। ਜੇ ਤੁਸੀਂ ਮਾਂ ਤੋਂ ਸਿੱਖਿਆ ਖੋਹ ਲਈ, ਸਿੱਖਿਆ ਫਿਰ ਬਾਜ਼ਾਰ ਦਾ ਇੱਕ ਕਮੋਡਿਟੀ ਹੈ, ਕਮੋਡਿਟੀ ਨੂੰ ਤੁਸੀਂ ਕਿੱਤਾ ਹੀ ਬਣਾਓਗੇ, ਹੋਰ ਕੁਛ ਨਹੀਂ ਕਰ ਸਕਦੇ। ਅੱਜ ਦਾ ਅਧਿਆਪਕ ਨੂੰ, ਅੱਜ ਦੇ ਇਹ ਕਹਿੰਦੇ ਖੁਦ ਨੂੰ ਕਹਿੰਦੇ ਅਧਿਆਪਕ ਨਹੀਂ ਸਾਨੂੰ ਗੁਰੂ ਕਹੋ, ਮੈਂ ਕਿਹਾ ਮੈਂ ਤੁਹਾਨੂੰ ਅਧਿਆਪਕ ਵੀ ਨਹੀਂ ਮੰਨਦਾ। ਤੁਸੀਂ ਅਧਿਆਪਕ ਵੀ ਨਹੀਂ ਹੋ, ਤੁਸੀਂ ਅਧਿਆਪਕ ਵੀ ਨਹੀਂ ਹੋ, ਤੁਸੀਂ ਇੰਪਲੋਈ ਹੋ। ਅਧਿਆਪਕ ਤਾਂ ਉਹ ਜਿਹਦੀ ਕਦਰ ਹੋਵੇ। ਮੈਂ ਕਿਹਾ ਮੈਂ ਤੁਹਾਡੀ ਕਦਰ ਕਰਨ ਨੂੰ ਤਿਆਰ ਹਾਂ, ਤੁਸੀਂ ਆਪਣੀ ਕਦਰ ਖੁਦ ਕਰਕੇ ਦਿਖਾ ਦਿਓ। ਅਧਿਆਪਕ ਆਪਣੀ ਕਦਰ ਵੀ ਨਹੀਂ ਕਰਦਾ, ਉਹਦੇ ਸਾਹਮਣੇ ਸਬਜੈਕਟ ਆ ਰਿਹਾ, ਜੇ ਉਹਨੂੰ ਕਿਸੇ ਡੀਨ ਨੇ ਕਿਸੇ ਪ੍ਰਿੰਸੀਪਲ ਨੇ ਕਹਿ ਦਿੱਤਾ ਤੂੰ ਇਹੀ ਪੜ੍ਹਾਉਣਾ, ਉਹਦੀ ਇੰਨੀ ਹਿੰਮਤ ਨਹੀਂ ਪੈਂਦੀ ਕਿ ਕਹੇ ਕਿ ਨਹੀਂ ਬੱਚੇ ਨਹੀਂ ਪੜ੍ਹ ਸਕਦੇ, ਬੱਚੇ ਸਿਰਫ ਇੰਨਾ ਕੁ ਸਬਜੈਕਟ ਪੜ੍ਹਨਗੇ,
ਕੋਈ ਵੀ ਟੋਪਿਕ ਹੋਵੇ ਡਾਇਮੈਂਸ਼ਨ ਉਹਦੇ ਆਪਣੇ ਵਿਚਾਰ ਉਹ ਰੱਖ ਹੀ ਨਹੀਂ ਸਕਦਾ। ਇੱਕ ਐੱਮ ਏ ਪੜ੍ਹਿਆ ਬੰਦਾ ਉਹਨੂੰ ਪੀ ਐੱਚ ਡੀ ਪੜ੍ਹਿਆ ਬੰਦਾ ਕਦਰ ਨਹੀਂ ਕਰਦਾ ਵੀ ਤੂੰ ਐੱਮ ਏ ਪੜ੍ਹਿਆ ਮੈਂ ਪੀ ਐੱਚ ਡੀ ਹੋਲਡਰ ਹਾਂ। ਕਿਉਂ? ਪੜ੍ਹਾਈ ਤਾਂ ਪੜ੍ਹਾਈ ਹੈ, ਤੁਹਾਡੇ ਜਿਹੜੀ ਗੌਰਮੈਂਟਲ ਸਟਰਕਚਰ ਹੈ ਉਹ ਡਿਗਰੀਆਂ ਦੇ ਰਹੀ ਹੈ। ਕਿੰਨੇ ਸਾਲ ਪੜ੍ਹਿਆ ਉਹ ਐੱਮ ਏ ਪੜ੍ਹਿਆ ਭਾਵੇਂ 10 ਸਾਲ ਪਹਿਲੇ, ਹੁਣ ਐੱਮ ਏ ਪੜ੍ਹਨ ਤੋਂ ਬਾਅਦ 10 ਸਾਲ ਹੋ ਗਏ ਉਹਨੂੰ ਅਧਿਆਪਨ ਖੇਤਰ ਵਿੱਚ ਆਇਆ, ਉਹ ਕਿੰਨਾ ਕੁਛ ਪੜ੍ਹ ਚੁੱਕਾ ਹੋਏਗਾ, ਸਿੱਖ ਚੁੱਕਾ ਹੋਏਗਾ। ਆਪਣੇ ਆਪ ਵਿੱਚ ਡਿਗਰੀਆਂ ਤਾਂ ਸਿਰਫ ਉਸ ਪੜ੍ਹਾਈ ਨੂੰ ਰਿਪੀਟ ਕਰਦੇ ਆ ਕਿ ਜਿਹੜਾ ਬੰਦਾ 5-6 ਸਾਲ ਜਿਸ ਬੰਦੇ ਨੇ ਇੱਕ ਵਿਸ਼ੇ ਤੇ ਲਾ ਲਏ, ਹੁਣ ਜਿਹੜਾ ਬੰਦਾ ਚਾਹ ਬਣਾ ਰਿਹਾ 5-6 ਸਾਲ, ਹਾਂਜੀ ਮੈਂ ਕਹਿ ਸਕਦਾ ਕਿ ਉਹ ਵੀ ਡਾਕਟਰ ਹੈ। ਬਿਲਕੁਲ, ਜਿਹੜੀ ਵਿਆਖਿਆ ਅਸੀਂ ਦਿੰਦੇ ਹਾਂ ਵੀ ਇਹ ਐਕਸਪਰਟ ਹੋ ਗਏ ਇਸ ਚੀਜ਼ ਵਿੱਚ, ਜੇ ਕੋਈ ਰਕਸ਼ਾ ਚਲਾ ਰਿਹਾ ਉਹਦੇ 'ਚ ਐਕਸਪਰਟ ਆ, ਹਾਂਜੀ ਜੋ ਕਿ ਸਾਫ਼ ਸਫਾਈ ਕਰਦਾ ਉਹਦੇ ਉਹਨੂੰ ਉਹਦੀ ਡਿਗਰੀ ਦੇ ਦੇਣੀ ਚਾਹੀਦੀ ਹੈ। ਬਿਲਕੁਲ, ਕਿਉਂਕਿ ਇਹਨਾਂ ਦੀਆਂ ਡਿਗਰੀਆਂ ਇਹਨਾਂ ਦੇ ਵਿਸ਼ੇ ਜਿਹੜੇ ਆ ਉਹ ਖੱਚਰ ਦੀਆਂ ਐਨਕਾਂ ਵਰਗੇ ਆ। ਹਾਂਜੀ ਬਿਲਕੁਲ, ਵੀ ਜਿਵੇਂ ਖੱਚਰ ਨੂੰ ਐਨਕ ਲਾ ਤੇ ਵੀ ਬਸ ਤੂੰ ਇੱਧਰ ਨਹੀਂ ਦੇਖਣਾ ਇੱਧਰ ਨਹੀਂ ਦੇਖਣਾ, ਸਿੱਧਾ ਜਾਣਾ ਭਾਰ ਤੇਰੇ 'ਤੇ ਲਾਤਾ ਤੂੰ ਲਾ ਕੇ ਆਉਣਾ। ਇੱਕ ਵਿਦਿਆਰਥੀ ਦੇ ਮੋਢੇ 'ਤੇ ਲੱਦਿਆ ਭਾਰ ਇੰਨਾ ਜ਼ਿਆਦਾ ਭਾਰ ਨਹੀਂ ਹੈ ਜਿੰਨਾ ਭਾਰ ਇਹਨਾਂ ਦੇ ਸਿਰ ਲੱਦਿਆ। ਇਹ ਕਿਸੇ ਨੂੰ ਕਿਸੇ ਗਲਤ ਦੇ ਖਿਲਾਫ ਇੰਨੀ ਛੇਤੀ ਬੋਲ ਨਹੀਂ ਸਕਦੇ ਜਦ ਤੱਕ ਇਹਨਾਂ ਨੂੰ ਸਿਕਿਉਰਿਟੀ ਨਾ ਪ੍ਰੋਵਾਈਡ ਹੋਵੇ ਵੀ ਹਾਂ ਅਸੀਂ ਬੋਲ ਸਕਦੇ ਹਾਂ। ਜਦਕਿ ਅਧਿਆਪਨ ਤਾਂ ਦੂਰ ਦੀ ਗੱਲ, ਤੁਹਾਨੂੰ ਵੈਸੇ ਹੀ ਕਿਤੇ ਸਮਾਜ ਵਿੱਚ ਕਿਸੇ ਗੱਲ ਦੀ ਜਾਗਰਤੀ ਆ ਜਾਵੇ ਵੀ ਆਹ ਗਲਤ ਹੋ ਰਿਹਾ, ਤੁਸੀਂ ਉਸੇ ਵੇਲੇ ਉੱਠ ਪੈਂਦੇ ਹੋ, ਇਹ ਮਨੁੱਖੀ ਸੁਭਾਅ ਹੈ। ਮੈਂ ਯੂਨੀਵਰਸਿਟੀਆਂ ਦੇ ਵਿੱਚ ਵੀ ਅਬਜ਼ਰਵ ਕੀਤਾ ਕਿ ਜਦੋਂ ਕੋਈ ਵਿਦਿਆਰਥੀਆਂ ਦਾ ਮਸਲਾ ਜਾਂ ਸਮਾਜ ਦਾ ਜਾਂ ਕੋਈ ਪੰਥ ਦਾ ਮਸਲਾ ਆਉਂਦਾ, ਹਾਂਜੀ, ਅਸੀਂ ਜਦੋਂ ਖੜ੍ਹੇ ਹੁੰਦੇ ਹਾਂ ਤਾਂ ਸਾਡੇ ਨਾਲ ਸਟੂਡੈਂਟ ਖੜ੍ਹਾ ਹੁੰਦਾ, ਹਾਂਜੀ, ਸਕਾਲਰ ਨਹੀਂ ਖੜ੍ਹਾ ਹੁੰਦਾ। ਬਿਲਕੁਲ ਵੀ ਨਹੀਂ। ਤੁਸੀਂ ਰੀਸੈਂਟ ਘਟਨਾ ਪਟਿਆਲਾ ਯੂਨੀਵਰਸਿਟੀ ਦੀ ਵੇਖੀ ਹੋਊਗੀ, ਹਾਂਜੀ, ਉੱਥੇ ਸਟੂਡੈਂਟਾਂ ਨੇ ਪ੍ਰੋਟੈਸਟ ਕੀਤਾ ਜੀ, ਇੱਕ ਗੰਦੇ ਪ੍ਰੋਫੈਸਰ ਦੀ ਕੁੱਟਮਾਰ ਹੋਈ, ਹਾਂਜੀ, ਉੱਥੇ ਜਿਹੜੇ ਸਕਾਲਰ ਸੀ ਯੂਨੀਵਰਸਿਟੀ ਦੇ ਟੂਲ ਜੀ, ਇੱਕ ਸਭ ਦੇ ਇੰਪਲੋਈ ਆ ਜਿਹੜੇ ਸਕਾਲਰਸ਼ਿਪ ਲੈ ਰਹੇ ਆ, ਉਹਨਾਂ ਨੇ ਆਪਣੇ ਇੰਪਲੋਇਆਂ ਦੇ ਕੋਲੋਂ ਇੱਕ ਡਰਾਮਾ ਕਰਵਾਇਆ ਅਤੇ ਉਹ ਐਂ ਤਾੜੀਆਂ ਮਾਰ ਮਾਰ ਕੇ ਪ੍ਰੋਟੈਸਟ ਕਰ ਰਹੇ। ਉਹਨਾਂ ਦੇ ਪ੍ਰੋਟੈਸਟ ਦੀ ਮੰਗ ਮੰਨ ਲਈ ਵੀ ਸੀ ਸਾਹਿਬ ਨੇ ਅਤੇ 11 ਵਿਦਿਆਰਥੀਆਂ ਨੂੰ ਮੁਅੱਤਲ ਕਰਤਾ, ਹਾਂਜੀ। ਹੁਣ ਇਹ ਜਿਹੜੇ ਬੰਦੇ ਉੱਥੇ ਇੱਕ ਜਾਣਦੇ ਹੋਏ ਵੀ, ਹਾਂਜੀ, ਇੱਕ ਬੰਦਾ ਅਪਰਾਧੀ ਹੈ, ਹਾਂਜੀ, ਉਹਨੇ ਪਾਪ ਕੀਤਾ, ਹਾਂਜੀ, ਅਤੇ ਅਸੀਂ ਉਹਦੀ ਚੋਰ ਦੀ ਹਾਮੀ ਭਰਨੀ ਹੈ, ਹਾਂਜੀ, ਉਹ ਮਨ ਕਿੱਥੋਂ ਲੈ ਕੇ ਆਉਂਦੇ ਹੋਣਗੇ ਉਹ ਜਿਹਾ? ਚੋਰ ਦੀ ਸਿਰਜਣਾ ਹੀ ਉੱਥੋਂ ਹੋ ਗਈ ਤਾਂ ਹਾਮੀ ਤਾਂ ਇੱਕ ਛੱਡੋ 10 ਭਰੀਆਂ ਜਾਣਗੀਆਂ, ਉਹ ਸਾਰੇ ਚੋਰ ਹੀ ਹੈ ਫਿਰ, ਬਿਨਾਂ ਸ਼ੱਕ ਚੋਰ ਕਿਹੜਾ ਨਹੀਂ ਹੈ ਇਸ ਅੱਗੇ ਵਾਲਾ ਜਿਹੜਾ ਐਜੂਕੇਸ਼ਨ ਸਿਸਟਮ ਹੋਊਗਾ, ਕਿਉਂਕਿ ਜਿਹੜੇ ਅੱਜ ਸਿਫਾਰਿਸ਼ਾਂ ਦੇ ਜਾਂ ਜੀ ਹਜ਼ੂਰੀ ਕਰਨੀ ਹੈ ਜਾਂ ਚਾਪਲੂਸੀਆਂ ਕਰਨੀਆਂ, ਦੇਖੋ ਜਿੱਥੇ ਸਿਸਟਮ ਆ ਗਿਆ ਉੱਥੇ ਐਜੂਕੇਸ਼ਨ ਨੂੰ ਉਸ ਸਿਸਟਮ ਦੀ ਡਾਇਮੈਂਸ਼ਨ 'ਚ ਮੰਨ ਲਈਏ ਤਾਂ ਬਹੁਤ ਚੰਗਾ ਰਹੇਗਾ ਸਾਡੇ ਲਈ, ਕਿਉਂਕਿ ਸਾਡੇ ਅੱਗੇ ਜਿਹੜਾ ਅੱਗੇ ਵੰਗਾਰ ਖੜ੍ਹੀ ਹੈ ਨਾ ਉਹ ਇਹ ਖੜ੍ਹੀ ਹੈ ਕਿ ਸਿਸਟਮ ਤੋਂ ਬਾਹਰੇ ਵਿਅਕਤੀ ਨੂੰ ਐਜੂਕੇਸ਼ਨਿਸਟ ਹੀ ਨਹੀਂ ਮੰਨਦੇ। ਜੇ ਤਾਂ ਐਜੂਕੇਸ਼ਨ ਦੇ ਸੁਧਾਰ ਦੀ ਜੇ ਗੱਲ ਕਰੀਏ ਉਹ ਤਾਂ ਇਹ ਹੋ ਗਿਆ ਨਾ ਅਸੀਂ ਪੜ੍ਹ ਗਏ ਹਾਂ ਜਾਂ ਬੌਧਿਕਤਾ ਪੜ੍ਹਨ ਯੋਗੀ ਰੱਖਦੇ ਹਾਂ ਸਿੱਖਣ ਯੋਗੀ ਅਤੇ ਅਸੀਂ ਉਸ ਸਿਸਟਮ ਦੇ ਘੇਰੇ 'ਚ ਗਏ ਹਾਂ ਭਾਵੇਂ ਉੱਥੇ ਗੰਦੇ ਨੇ ਪਰ ਉੱਥੇ ਸੁਧਾਰ ਲਈ ਪ੍ਰਚਾਰ ਕੇ ਕਹਿ ਦੇਣਗੇ ਵੀ ਸੰਤ ਜਰਨੈਲ ਸਿੰਘ ਅਨਪੜ੍ਹ ਸੀ ਸ਼ੇਰੇ ਪੰਜਾਬ ਅਨਪੜ੍ਹ ਸੀ ਜਿਨ੍ਹਾਂ ਨੂੰ ਗੁਰਬਾਣੀ ਦਾ ਪਤਾ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਵੱਲੋਂ ਬਖਸ਼ੇ ਹੋਏ ਅੱਖਰ ਉਹਨਾਂ ਗ੍ਰੰਥਾਂ ਦੀ ਜਾਣਕਾਰੀ ਆ ਉਹਨਾਂ ਅਰਥਾਂ ਦਾ ਪਤਾ ਉਹਨਾਂ ਨੂੰ ਅਨਪੜ੍ਹ ਕਹਿ ਦੇਣਾ ਵੀ ਮਤਲਬ ਉਹਨਾਂ ਨੂੰ ਇਹ ਚੀਜ਼ ਵੀ ਸਾਨੂੰ ਕਲੀਅਰ ਕਰਨੀ ਚਾਹੀਦੀ ਹੈ ਵੀ ਇੱਕ ਆ ਯੂਨੀਵਰਸਿਟੀ ਵਾਲੇ ਡਿਗਰੀ, ਹਾਂਜੀ, ਅਤੇ ਇੱਕ ਉਹ ਜਿਹੜਾ ਗੁਰਮਤ ਦਾ ਗਿਆਨ ਆ ਜਿਹੜਾ ਇਹਨਾਂ ਤੋਂ ਕਿਤੇ ਉੱਚਾ ਉਹਨੂੰ ਪੜ੍ਹੇ ਹੋਏ ਬੰਦੇ ਅਨਪੜ੍ਹ ਨੇ ਕਿ ਜਾਂ ਇਹ ਪੜ੍ਹੇ ਹੋਏ ਅਨਪੜ੍ਹ ਨੇ? ਸਵਾਲ ਤਾਂ ਇੱਥੇ ਬਣਦਾ ਉੱਚਾ ਨੀਵਾਂ ਅਤੇ ਕਰਮ ਨੇ ਦੱਸ ਦੇਣਾ। ਜਦ ਅਸੀਂ ਨਖੇੜਾ ਹੀ ਕਰ ਲਈਏ ਕਰਮ ਨੇ ਆਪੇ ਦੱਸ ਦੇਣਾ ਕਿ ਕੌਣ ਉੱਚਾ ਅਤੇ ਕੌਣ ਨੀਵਾਂ। ਮਸਲਾ ਇੱਥੇ ਇਹ ਹੈ ਕਿ ਐਜੂਕੇਸ਼ਨ ਸ਼ਬਦ ਕਿਸੇ ਵੀ ਸਿਸਟਮ ਅਤੇ ਆਟੋਨਮੀ ਦੇ ਅੰਡਰ ਕਿਵੇਂ ਆ ਗਿਆ।
ਮੇਰਾ ਇੱਕ ਕੌੜਾ ਸਵਾਲ ਹੁੰਦਾ ਵੀ ਜੇ ਤੁਸੀਂ ਸਾਨੂੰ ਕਹਿੰਦੇ ਹੋ ਅਧਿਆਪਕ ਗੁਰੂ ਹੈ ਤਾਂ ਮੈਂ ਕਿਹਾ ਬ੍ਰਾਹਮਣ ਜਿਹਨੂੰ ਅਸੀਂ ਬ੍ਰਾਹਮਣਵਾਦ ਕਹਿੰਦੇ ਹਾਂ, ਬ੍ਰਾਹਮਣ ਅਤੇ ਤੁਹਾਡੇ 'ਚ ਫਰਕ ਕੀ ਹੈ? ਜਿਹੜੇ ਇਹ ਰੈਸ਼ਨਲਿਸਟ ਖੁਦ ਨੂੰ ਕਹਿੰਦੇ, ਉਹੀ ਬ੍ਰਾਹਮਣਵਾਦ ਇੱਕ ਸਿਸਟਮ ਦੇ ਵਿੱਚੋਂ ਆ ਰਿਹਾ, ਉਹੀ ਬ੍ਰਾਹਮਣਵਾਦ ਪੁਰਾਣਾ ਜਿਹਦੇ ਨਾਲ ਅਸੀਂ ਜੂਝ ਰਹੇ ਹਾਂ, ਤੁਹਾਡੇ 'ਚੋਂ ਦੋਵਾਂ 'ਚ ਫਰਕ ਕੀ? ਕੋਈ ਫਰਕ ਨਹੀਂ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਉਹ ਧਰਮ ਵੰਡ ਰਹੇ ਸੀ, ਮੈਂ ਕਿਹਾ ਤੁਸੀਂ ਵੀ ਤਾਂ ਆਪਣਾ ਧਰਮ ਖੜਾ ਕੀਤਾ, ਗੁਰੂ ਡੰਮ ਖੜਾ ਕੀਤਾ, ਅਪਰਾਧ ਕਰ ਰਿਹਾ। ਜੇ ਕਿਸੇ ਵੀ ਅਦਾਰੇ 'ਚ ਅਪਰਾਧ ਹੁੰਦਾ ਹੈ, ਮੈਂ ਕਿਹਾ ਤੁਹਾਡੇ ਨਾਲੋਂ ਚੰਗਾ ਉਹ ਸਮਾਂ ਸੀ ਜਦੋਂ ਉਹਨਾਂ ਅਦਾਰਿਆਂ 'ਚ ਉਹਦੇ ਉਸ ਗੁਰੂ ਕੁਲ 'ਚ ਅਪਰਾਧ ਹੁੰਦਾ ਸੀ ਤਾਂ ਉਹ ਗੁਰੂ, ਉਹ ਜਿਹੜਾ ਹੈੱਡ ਹੁੰਦਾ ਸੀ, ਉਹ ਖੁਦ ਨੂੰ ਦੋਸ਼ੀ ਮੰਨਦਾ ਸੀ ਅਤੇ ਉਹਦੀ ਅੱਗੇ ਸੁਣਵਾਈ ਹੁੰਦੀ ਸੀ, ਭਾਵੇਂ ਰਾਜ ਦਰਬਾਰ ਵਿੱਚ ਹੋਵੇ ਭਾਵੇਂ ਕਿਤੇ ਵੀ। ਤੁਹਾਡੇ ਬਾਰੇ ਤਾਂ ਕੋਈ ਜਵਾਬਦੇਹੀ ਹੀ ਹੈ ਨਹੀਂ। ਚੰਡੀਗੜ੍ਹ ਯੂਨੀਵਰਸਿਟੀ ਦਾ ਪਿਛਲੇ ਸਾਲ ਦਾ ਕਿੱਸਾ ਸਭ ਨੂੰ ਪਤਾ ਹੋਣਾ ਕਿ 2 ਦਿਨਾਂ ਦੇ ਵਿੱਚ ਸਾਰਾ ਮਸਲਾ ਦਬਾਇਆ ਗਿਆ ਸੀਗਾ। ਬੜੇ ਕੁਕਰਮ ਵੱਡੇ ਵੱਡੇ ਯੂਨੀਵਰਸਿਟੀਆਂ ਦੇ ਵਿੱਚ ਹੋ ਰਹੇ ਆ ਜਿਹੜੇ, ਉਹ ਤਾਂ ਸਪਸ਼ਟ ਸੀਗਾ, ਇੱਕ ਤਾਂ ਸੀਗਾ ਕਿ ਅੰਦਰੋਂ ਪਹਿਲੇ ਦਬਾ ਦਿੰਦੇ ਆ, ਉਹ ਤਾਂ ਬਾਹਰ ਆਇਆ ਵੀ ਦਬਾਤਾ 2 ਦਿਨਾਂ ਦੇ ਅੰਦਰ, ਜਿਹੜਾ ਬਹੁਤ ਸਾਰੀਆਂ ਕੁੜੀਆਂ ਦੀ ਵੀਡੀਓ MMS ਲੀਕ ਕਰਨ ਦਾ ਮੈਟਰ ਸੀਗਾ, ਅਤੇ ਉਹ ਕੁਝ ਕੁ ਦਿਨਾਂ 'ਚ ਦਬਾਇਆ ਗਿਆ ਸਾਰਾ ਮਸਲਾ। ਇਹੋ ਜਿਹੇ ਕਈ ਕੁਕਰਮ ਯੂਨੀਵਰਸਿਟੀਆਂ ਦੇ ਵਿੱਚ ਹੋ ਰਹੇ ਆ। ਆਪਾਂ ਫਿਰ ਦੁਬਾਰਾ ਗੱਲ ਕਰਾਂਗੇ ਇਸ ਮਸਲੇ ਉੱਪਰ ਜੀ। ਸਾਡਾ ਮੈਨੂੰ ਲੱਗਦਾ ਕਿ ਮਸਲਾ ਬਹੁਤ ਵੱਡਾ ਹੈ, ਬਹੁਤ ਜ਼ਿਆਦਾ, ਅਤੇ ਬਿਨਾ ਸ਼ੱਕ ਇਹਦੇ 'ਤੇ ਬਹੁਤ ਜ਼ਿਆਦਾ ਸਮਾਂ ਲੱਗ ਸਕਦਾ ਗੱਲਬਾਤ ਕਰਦੇ ਹਾਂ, ਅਤੇ ਗੱਲਬਾਤ ਮੁੱਕਣੀ ਨਹੀਂ ਜੀ ਇੱਕ ਵਿਸ਼ੇ ਦੇ ਵਿੱਚੋਂ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਇੱਕ ਦੂਜੇ ਦੇ ਨਾਲ ਕੋਰਲੇਟ ਕਰਦੀਆਂ, ਚਾਹੇ ਫਿਲਮਾਂ ਚਾਹੇ ਸਾਡੀ ਐਜੂਕੇਸ਼ਨ ਹੈ, ਕਿਉਂਕਿ ਫਿਲਮਾਂ ਵੀ ਲਰਨਿੰਗ ਦੇ ਨਾਲ ਜੁੜਿਆ ਹੋਇਆ ਟੂਲ ਨੇ। ਕਿਸੇ ਵੀ ਤਰ੍ਹਾਂ ਦਾ ਗਿਆਨ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਕਿਸੇ ਵੀ ਤਰ੍ਹਾਂ ਦੀ ਨੌਲੇਜ, ਉਹ ਤੁਹਾਡੀ ਸ਼ਖਸੀਅਤ ਨੂੰ ਘੜਦੀਆਂ, ਪੋਲਿਸ਼ ਕਰਦੀਆਂ, ਲਬੇੜਦੀਆਂ, ਇਹ ਸਾਰਾ ਕੰਮ ਕਰਦੀਆਂ, ਉਹ ਤੁਹਾਡੇ 'ਤੇ ਹੈ ਤੁਸੀਂ ਕਿਹੜੀ ਚੀਜ਼ ਨੂੰ ਕਿਸ ਤਰੀਕੇ ਨਾਲ ਵਰਤਣਾ। ਯੂਨੀਵਰਸਿਟੀ ਦੇ ਵਿੱਚ ਬੈਠੇ ਹਾਂ, ਵੀਰ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।